ਸਾਡੇ ਸਾਹਮਣੇ ਨਾ ਕੋਈ ਚੁੱਕਦਾ ਤਾਰ ਮਲੇਸ਼ ਸੀ, ਸਾਡੇ ਸਾਹਮਣੇ ਨਾ ਕੋਈ ਚੁੱਕਦਾ ਤਾਰ ਮਲੇਸ਼ ਸੀ। ਪਾਪੀ ਸਾਡੇ ਪੇ
ਨੀ ਦੁਨੀਆ ਰੱਖਿਆ ਦਿਲ ਰਮੇਸ਼ ਜੀ, ਕਰੋ ਕੁਰਬਾਨੀ ਦੁਨੀਆ ਰੱਖਿਆ ਦੂਰ ਦੀ ਗੱਲ ਨਹੀਂ। ਦੇਸ਼ ਅੰਦਰ ਕਦੀ ਅਸੀਂ ਹੁੰਦੇ ਸਾਂ ਸ਼ਾਨ ਵਾਲੇ, ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖਤ ਵਾਲੇ, ਅਣਖ ਆਣ ਵਾਲੇ, ਸਾਡੇ ਸਿਰਾਂ ਤੇ ਕਲਗੀਆਂ ਸੋਹਦੀਆਂ ਸਨ, ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ, ਸਾਡੇ ਬਾਦਸ਼ਾਹ ਹੀ ਕੌਮੀ ਨਿਸ਼ਾਨ ਅੱਗੇ ਭੇਟਾ ਧਰਦੇ ਸਨ ਕਈ ਨਿਸ਼ਾਨ ਵਾਲੇ, ਸਾਡੀ ਚਮਕਦੀ ਤੇਗਦੀ ਧਾਰ ਸਾਵੇਂ ਆਣ ਝੁਕਦੇ ਸਨ ਕਾਬਲ ਈਰਾਨ ਵਾਲੇ, ਬਿਨਾਂ ਪੁੱਛਿਆ ਇੱਧਰ ਨਾਲ ਝਾਕਦੇ ਸਨ ਜਿਹੜਾ ਕੇਜਰੀਵਾਲ ਵਰਗੇ ਨੇ ਤੁਸਾਂ ਪੰਜਾਬ ਦੇ ਬਾਦਸ਼ਾਹ ਬਣਾ ਦਿੱਤਾ ਹੈ, ਬਿਨਾਂ ਪੁੱਛਿਆ ਇੱਧਰ ਨਾਲ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ, ਤਾਂ ਜਾਣਦਾ ਸੀ ਰੋਂਦੇ ਫਿਰਨਗੇ ਆਪਣੇ ਤਾਜ ਚ ਹੀਰੇ ਹੰਢਾਣ ਵਾਲੇ, ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ। ਵੱਡ ਵਡੇਰਿਆਂ ਦੇ ਕਰਨੀ ਨਾਮ ਨੂੰ ਯਾਦ ਕਰਦੇ ਹੋ, ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਮੰਟੀਕੇ ਤੋਂ ਬਾਬਾ ਸਰਵਨ ਸਿੰਘ ਜੀ, ਵਾਹਿਗੁਰੂ ਨੇ ਜਿਹਨਾਂ ਇਹਨਾਂ ਨੂੰ ਕੱਦ ਖਾਟ ਬਖਸ਼ਿਸ਼ ਕੀਤਾ, ਓਡੇ ਵਿਸ਼ਾਲ ਹਿਰਦੇ ਦੇ ਵੀ ਮਾਲਕ ਹੈ, ਦਾਸ ਨਾਲ ਬੜਾ ਪਿਆਰ ਕਰਦੇ ਨੇ। ਜੇ ਮੈਂ ਉਹ ਕਹਿਣਾ ਕਿ ਗੁਰੂ ਘਰ ਦੇ ਹਰ ਕੀਰਤਨੀ, ਹਰ ਢਾਡੀ, ਹਰ ਕਵੀਸ਼ਰ ਦੇ ਨਾਲ ਇਹਨਾਂ ਦਾ ਪਿਆਰ ਹੈ ਤੇ ਕੋਈ ਗਲਤ ਬਾਤ ਨਹੀਂ। ਆਹ ਬੜੇ ਵਿਦਵਾਨ ਨੇ, ਆਏ ਨੇ ਜਿਉਂ ਪਹਿਲਾਂ ਫਤਿਹ ਬੁਲਾ ਲਈਏ, ਫਿਰ ਪਤਵੰਤ ਤੇ ਸੱਜਣਾਂ ਦੀ ਹਾਜ਼ਰੀ ਲਵਾ ਕੇ ਪ੍ਰਾਰੰਭ ਕੀਤੀ ਇਹ ਗਾਥਾ ਨੂੰ ਮੈਂ ਤੁਹਾਡੇ ਸਮਕਸ਼ ਅੱਜ ਦੇ ਦੀਵਾਨ ਸੰਪੂਰਨ ਕਰਨ ਆਲੋਚਦਾ ਹਾਂ। ਪਿਆਰ ਸਹਿਤ ਫਤਿਹ ਬੁਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਵੀਰ ਜੀ ਜਥੇਦਾਰ ਤਰਸੇਮ ਸਿੰਘ ਜੀ ਖਾਲਸਾ ਜੀ ਦੇ ਮੋਹ ਭਰੇ ਸੱਦੇ ਵਿੱਚ ਔਰ ਸ਼ਹੀਦਾਂ ਨੂੰ ਮੱਥਾ ਟੇਕਦੇ ਹੋਏ ਉਹਨਾਂ ਪ੍ਰਤੀ ਆਪਣੀ ਸ਼ਰਧਾ ਦਾ ਇਜ਼ਹਾਰ ਕਰਦੇ ਡਾਕਟਰ ਅਮਰਜੀਤ ਸਿੰਘ ਜੀ, ਕੌਮ ਨੇ ਜਾਣਦਾ ਸਿੱਖ ਜਗਤ ਵਿੱਚ ਵੱਡੀਆਂ ਸੇਵਾਵਾਂ, ਸਰਦਾਰ ਬੂਟਾ ਸਿੰਘ ਜੀ, ਸਰਦਾਰ ਹਰਦੀਪ ਸਿੰਘ ਜੀ, ਸਰਦਾਰ ਗੁਲਜ਼ਾਰ ਸਿੰਘ ਜੀ, ਇਹ ਆਦਿਕ ਸਾਰੇ ਹੀ ਨਾਮ ਸਤਿਗੁਰੂ ਆਪ ਜਾਣਦੇ ਹਨ। ਗੁਰੂ ਦਰਬਾਰ ਚ ਤੁਸੀਂ ਸਾਰੇ ਹਾਜ਼ਰੀ ਭਰ ਰਹੇ ਹੋ। ਭਾਈ ਨਵਨੀਤ ਸਿੰਘ ਦੀ ਕਥਾ ਵਾਚਕੀ ਜੋ ਸਾਡੇ ਤੋਂ ਪਹਿਲਾਂ ਤੁਹਾਡੇ ਸਨਮੁਖ ਹਾਜ਼ਰੀ ਭਰ ਕੇ ਗਏ ਨੇ, ਮੈਂ ਸਾਰਿਆਂ ਨੂੰ ਗੁਰੂ ਬਾਬੇ ਦੇ ਦਰ ਉੱਤੇ ਸਾਡੇ ਵੀਰ ਜੀ ਹੋਣਾਂ ਵੱਲੋਂ ਜਿਉਂ ਆਇਆ ਆਖਦਾ। ਭਾਈ ਦੁਰਲੱਭ ਸਿੰਘ ਜੀ, ਸਾਰੇ ਤੁਸੀਂ ਬੜੇ ਸਤਿਕਾਰਯੋਗ ਜੀ, ਰਾਗੀ ਜਥਾ ਇੱਥੋਂ ਦਾ, ਸਾਰੇ ਮੇਰੀਆਂ ਭੈਣਾਂ, ਧੀਆਂ, ਮਾਤਾਵਾਂ, ਬੱਚੀਆਂ, ਵਾਹਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੇ। ਰੰਧਾਵਾ ਸਾਹਿਬ ਬੈਠੇ ਨੇ ਬੜੀ ਪਿਆਰ ਵਾਲੀ ਰੂਪ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਮੈਂ ਬਹੁਤਾ ਲਾਂਭੇ ਨਹੀਂ ਜਾਣਾ, ਬੜੀਆਂ ਵਿਚਾਰਾਂ ਹਨ, ਇਹਨਾਂ ਲਈ ਸਮਾਂ ਲੱਗਦਾ ਤੇ ਮੈਂ ਆਪਣੇ ਬਚਦੇ ਹੋਏ ਸਮੇਂ ਚ ਸਿਰਫ ਦੋ ਰਚਨਾਵਾਂ ਦੀ ਸੇਵਾ ਢਾਡੀ ਸਿੰਘਾਂ ਪਾਸੋਂ ਲੈ ਕੇ ਪ੍ਰਾਰੰਭ ਕੀਤੇ ਹੋਏ ਮਜ਼ਬੂਨ ਦਾ ਰਿਜ਼ਲਟ ਤੁਹਾਡੇ ਸਮਕਸ਼ ਸਾਂਝਾ ਕਰਨਾ ਚਾਹੁੰਦਾ, ਜਿਹੜਾ ਦੋ ਦਿਨ ਤੋਂ ਪ੍ਰਾਰੰਭ ਕੀਤਾ ਹੋਇਆ ਸੀ। ਇਹਨੂੰ ਆਪਾਂ ਹਜ਼ਾਰਾਂ ਵਾਰ ਸਰਵਣ ਕੀਤਾ, ਬਾਰ ਬਾਰ ਸੁਣਨ ਦਾ ਯਤਨ ਕਰਦੇ ਹਾਂ, ਮਨ ਚ ਚਾਅ ਪੈਦਾ ਹੁੰਦਾ ਕਿ ਇਹਨੂੰ ਫਿਰ ਦੁਬਾਰਾ ਸੁਣੀਏ, ਕਿਉਂਕਿ ਇਹਨਾਂ ਦਾ ਕਰਨੀ ਨਾਮਾ ਏਡਾ ਵੱਡਾ ਸੀ। ਹਮਲਾ ਕਿਉਂ ਹੋਇਆ ਇਹ ਮੈਂ ਦੋ ਦਿਨ ਇਸ ਟੌਪਿਕ ਦੇ ਉੱਤੇ ਤੁਹਾਡੇ ਨਾਲ ਕੀਤੇ ਨੇ ਸਾਂਝੇ, ਬਾਕੀ ਵਿਦਵਾਨ ਸੱਜਣਾ ਨੇ ਕੋਕ ਕੀਤੀ ਹੈ, ਪੜ੍ਹਿਆ, ਵਿਚਾਰਿਆ, ਆਏ ਬਗੈਰ ਤੁਹਾਡੇ ਨਾਲ ਮਜ਼ਬੂਤ ਸਾਂਝਾ ਕਰਦੇ ਰਹਿੰਦੇ। ਹਮਲਾ ਹੋ ਚੁੱਕਾ, ਦਿਨ ਆ ਗਿਆ ਹੈ 5 ਜੂਨ ਦਾ,
ਸਤਿਕਾਰੇ ਯੋਗ ਸਿੱਖ ਪੰਥ ਲਈ ਜਿੰਦ ਜਾਨ ਜਨਰਲ ਸੁਬੇਗ ਸਿੰਘ ਜੀ ਗੰਭੀਰ ਫੱਟੜ ਹੋ ਚੁੱਕੇ ਨੇ। ਆਹ ਜਿਹੜੀ ਰਚਨਾ ਢਾਡੂ ਸਿੰਘਾਂ ਨੇ ਕਹਿਣੀ ਹੈ ਤੁਹਾਡੇ ਨਾਲ, ਇਹ ਘੱਟੋ ਘੱਟ 20-25 ਵਿਦਵਾਨਾਂ ਦੀ ਰਹਿ ਲੈ ਕੇ ਜਿਨ੍ਹਾਂ ਨੇ ਦਰਦ ਨੂੰ ਪਿੰਡੇ ਦਿੱਤੇ ਹੰਡਾਇਆ, ਜਿੱਥੇ ਸਾਰਿਆਂ ਦੀ ਸੋਚ ਮਿਲੀ, ਮੈਂ ਉਸ ਸੋਚ ਨੂੰ ਮੱਦੇ ਰੱਖਦੇ ਹੋਏ ਤੁਹਾਡੇ ਨਾਲ ਸਾਂਝਾ ਕੀਤਾ। ਜਿਹੜੀਆਂ ਬਖਤਰਬੰਦ ਗੱਡੀਆਂ ਆਈਆਂ, ਜਦੋਂ ਜਨਰਲ ਸੁਬੇਗ ਸਿੰਘ ਨੇ ਉਹਨਾਂ ਨੂੰ ਉਡਾਇਆ, ਇਸੇ ਕਸ਼ਮ ਕਸ਼ ਵਿੱਚ ਉਹਨਾਂ ਦੇ ਬ੍ਰਸ਼ਟ ਵੱਜ ਚੁੱਕਾ ਸੀ। ਅਸੀਂ ਉਹ ਗੱਲ ਸੁਣ ਕੇ ਰਾਜੀ ਹਾਂ ਜਿਹੜੇ ਤੇ ਸਾਡਾ ਕੋਈ ਜ਼ਿਕਰ ਨਾ ਹੋਵੇ ਤੇ ਜਾਂ ਫਿਰ ਸਾਡੀ ਸਿਫਤ ਹੋਵੇ ਜਿਹਦੇ ਚ ਸਾਡੀ ਨੁਕਤਾ ਚੀਨੀ ਹੋਵੇ, ਸੁਣਨ ਵਾਸਤੇ ਤਿਆਰ ਨੇ। ਇਸ ਕਰਕੇ ਮੌਜੂਦਾ ਦੌਰ ਦੇ ਵਿੱਚ ਮੈਂ ਨਾਂ ਲੈਣ ਤੋਂ ਥੋੜਾ ਜਿਹਾ ਗੁਰੇਜ਼ ਕਰਨਾ, ਕਿ ਮੈਂ ਮਹਿੰਗਾਪੁਰ ਯੂਪੀ ਦੀ ਧਰਤੀ ਦੇ ਉੱਤੇ ਕਹਿ ਦਿੱਤਾ ਹੈ, ਉਹ ਕੋਈ ਵੀਰ ਸੀ ਜਿਹਨਾਂ ਸਿੰਘਾਂ ਦਾ ਨਾਂ ਲਿਆ, ਉਹਨਾਂ ਨਾਲ ਕਿਤੇ ਲੱਗਦੀ ਹੋਵੇ ਕਿ ਸਾਡੀ ਬਣਦੀ ਤੇ ਘੱਟ ਹੈ, ਲੱਗਦੀ ਜ਼ਿਆਦਾ ਹੁੰਦੀ। ਮੈਨੂੰ ਕਹਿੰਦਾ ਸੋ ਤੂੰ ਉਹਨਾਂ ਦਾ ਨਾਂ ਕਿਉਂ ਲੈ, ਤੂੰ ਮੇਰਾ ਯਾਰ ਸਾ, ਤੂੰ ਉਹਨਾਂ ਦਾ ਨਾਂ ਨਹੀਂ ਸੀ ਲੈਣਾ। ਮੈਂ ਆਖਿਆ ਗਲਤੀ ਹੋ ਗਈ, ਨਹੀਂ ਲੈਂਦਾ, ਉਹ ਏਦਾਂ ਸਨ, ਉਹ ਏਦਾਂ ਸਨ, ਪੂਰਾ ਤੇ ਕੋਈ ਹੋ ਨਹੀਂ ਸਕਦਾ। ਖੈਰ ਭਾਈ ਸੁਰਿੰਦਰ ਸਿੰਘ ਜੀ ਅਲਗੋ ਵਾਲਿਆਂ ਨੂੰ ਤੇ ਭਾਈ ਬਖਸ਼ੀਸ਼ ਸਿੰਘ ਜੀ ਹੋਣਾ ਨੂੰ ਜਨਰਲ ਸਾਹਿਬ ਨੇ ਆਪਣੇ ਕੋਲ ਸੱਦ ਕੇ, ਮੈਂ ਪੜ੍ਹਿਆ ਸਾਡੇ ਵੀਰ ਜੀ ਹੋਣਾ ਕਵੀ ਬਹੁਤ ਸਾਰੇ ਨਾਂ ਨੇ ਜਿਹੜੇ ਉੱਥੇ ਨੇ, ਮੈਂ ਪੜ੍ਹਿਆ, ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਮੈਂ 100% ਤੁਹਾਡੇ ਨਾਲ ਨਹੀਂ ਸਾਂਝਾ ਕਰ ਸਕਦਾ, ਇਹ ਤੇ ਜਿਨ੍ਹਾਂ ਨੇ ਪਿੰਡੇ ਦਿੱਤੇ ਹੰਡਾਇਆ ਬਿਹਤਰ ਜਾਣਦੇ। ਜੇ ਮੈਂ ਉਹ ਵੀ ਕਹਿਣਾ ਕਿ ਉਹ ਵੀ ਸ਼ਾਇਦ ਨਾ ਕਰ ਸਕਣ, ਕਿਉਂਕਿ ਜਿਹੜਾ ਲੰਗਰ ਸਾਹਿਬ ਵਾਲੇ ਪਾਸੇ ਹੈ ਉਹਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਹੀਂ ਪਤਾ ਹੋ ਸਕਦਾ ਕਿ ਉੱਥੇ ਕੀ ਹੋ ਗਿਆ ਸੀ, ਉਹਦੇ ਜਿਹੜਾ ਕਰਵਾ ਰਿਹਾ ਸੀ 100% ਉਹ ਹੀ ਦੱਸ ਸਕਦਾ ਨਾ। ਖੈਰ ਉਹਨਾਂ ਨੇ ਹੁਕਮ ਸੱਦ ਕੇ ਕੋਲ ਆਖਿਆ, ਤੁਸੀਂ ਸੱਤ ਪੁਰਸ਼ਾਂ ਕੋਲ ਜਾਓ, ਮੇਰਾ ਦਿਲ ਕਰਦਾ ਗੁਰਪੁਰੀ ਪਿਆਣਾ ਕਰਨ ਦਾ, ਹੁਕਮ ਆ ਚੁੱਕਾ, ਮੈਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਲੋਚਦਾ, ਇਹ ਰਚਨਾ ਨੂੰ ਦਿਲ ਦੀ ਅੱਖ ਨਾਲ ਵੇਖਣ ਦਾ ਯਤਨ ਕਰਨਾ। ਭਾਈ ਬਖਸ਼ੀਸ਼ ਸਿੰਘ ਜੀ ਗਏ, ਮਹਾਂਪੁਰਸ਼ਾਂ ਨਾਲ ਬਚਨ ਕੀਤਾ, ਗੱਲ ਮੈਨੂੰ ਭਾਈ ਮੁਖਤਿਆਰ ਸਿੰਘ ਮੁਖੀ ਦਮਦਮੇ ਟਕਸਾਲ ਦੇ ਵਿਦਿਆਰਥੀ, ਉਹਨਾਂ ਸ਼ਾਇਦ ਆਉਣਾ ਵੀ ਸੀ, ਨਹੀਂ ਆ ਸਕੇ, ਇਹ ਉਹਨਾਂ ਨੇ ਵੀ, ਕਿਉਂਕਿ ਉਸ ਵੇਲੇ ਰਾਗੀ ਸਿੰਘਾਂ ਦੇ ਜਥੇ ਤਬਲੇ ਦੀ ਸੇਵਾ ਕਰਦੇ ਸਨ, ਰਾਗੀ ਜਥੇ ਸਨ, ਉਹ ਜਦੋਂ ਗਏ ਮਹਾਂਪੁਰਸ਼ ਨੇ ਆਖਿਆ ਛੇਤੀ ਲੈ ਕੇ, ਬ੍ਰਸ਼ਟ ਵੱਜਾ ਹੋਇਆ ਸੀ, ਤੁਰ ਨਹੀਂ ਸਨ ਸਕਦੇ, ਦੋਵਾਂ ਸਿੰਘਾਂ ਦੇ ਮੋਢਿਆਂ ਤੇ ਬਾਹਾਂ ਪਾ ਕੇ ਧਾਰ ਧਾਰ ਚੱਲਦੀ ਗੋਲੀ ਦੇ ਚ ਓਟ ਲੈਂਦੇ ਹੋਏ ਮਹਾਂਪੁਰਸ਼ਾਂ ਦੇ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਭੋਰਾ ਸਾਹਿਬ ਵਿਖੇ ਗਏ। ਮਹਾਂਪੁਰਸ਼ਾਂ ਨੇ ਉੱਠ ਕੇ ਗਲੋਟੜੀ ਚ ਲਿਆ, ਪਰ ਜਨਰਲ ਸਾਹਿਬ ਖਲੋ ਨਹੀਂ ਸਨ ਸਕਦੇ, ਬ੍ਰਸ਼ਟ ਵੱਜਾ ਹੋਇਆ, ਮਹਾਂਪੁਰਸ਼ਾਂ ਨੇ ਚੌਂਕੜਾ ਲਾ ਲਿਆ ਤੇ ਜਨਰਲ ਸਾਹਿਬ ਨੇ ਆਪਣਾ ਸਿਰ ਸਤਿਪੁਰਸ਼ਾਂ ਦੀ ਗੋਦ ਚ ਰੱਖ ਦਿੱਤਾ, ਇਹਨੇ ਪਿਆਰ ਚ ਰੱਖਿਆ, ਮਨ ਉਹ ਸਾਰਾ ਦਿਨ ਦਾ ਥੱਕਿਆ ਟੁੱਟਿਆ ਛੋਟਾ ਜਿਹਾ ਬੱਚਾ ਸ਼ਾਮ ਨੂੰ ਆਣ ਕੇ ਆਪਣੀ ਮਾਂ ਦੀ ਗੋਦ ਚ ਲੇਟ ਜਾਂਦਾ, ਸਰੀਰ ਚ ਖੂਨ ਦੀਆਂ ਝਲਾਰਾਂ ਵਗ ਰਹੀਆਂ ਨੇ, ਖੂਨ ਨੁਚੜ ਚੁੱਕਾ ਹੈ, ਤਰੀਨ ਲਾ ਕੇ ਆਪਣੇ ਹੱਥ ਜੋੜ ਕੇ ਕਹਿਣ ਲੱਗਾ, ਬਾਬਾ ਜੀ ਮਹਾਂਪੁਰਸ਼ੋ, ਤੁਸੀਂ ਬਾਣੀ ਪੜ੍ਹਨ ਵਾਲੀ ਆਤਮਾ ਜੀ, ਤੁਸੀਂ ਆਖਣਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੇਰੀਆਂ ਭੁੱਲਾਂ ਨਾ ਚਿਤਾਰਨ, ਮੈਂ ਕੌਮ ਦੀ ਸੇਵਾ ਦੁਆਟੇ ਛੱਡ ਕੇ ਚੱਲਿਆ, ਕੌਮ ਦੀ ਸੇਵਾ ਦੇ ਜੱਗ ਚ ਹਿੱਸੇ ਪਾਏ ਜਾ ਸਕਦੇ ਨੇ, ਸੰਪੂਰਨ ਕੋਈ ਨੀ ਕਰ ਸਕਦਾ, ਸੱਚੇ ਪਾਤਸ਼ਾਹ ਮੇਰੀਆਂ ਭੁੱਲਾਂ ਨਾ ਚਿਤਾਰਦੇ ਹੋਏ ਮੈਨੂੰ ਆਪਣੀ ਗੋਦ ਚ ਬੈਠਣ ਵਾਸਤੇ ਥੋੜੀ ਜਿਹੀ ਜਗ੍ਹਾ ਦੇ ਦੇ, ਤੁਸੀਂ ਆਖਿਓ। ਕਹਿੰਦੇ ਨੇ ਜਨਰਲ ਸਾਹਿਬ ਮੁੱਛ ਬੜੀ ਕੁੰਡੀ ਰੱਖਦੇ ਸਨ, ਸਤਿਪੁਰਸ਼ਾਂ ਦੀਆਂ ਮੁੱਛਾਂ ਨੂੰ ਹੋਰ ਕੁੰਡਲਦਾਰ ਬਣਾਇਆ, ਇਹਨਾਂ ਦੇ ਸੀਸ ਉੱਤੇ ਛੋਟੀ ਦਸਤਾਰ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਆਪਣੇ ਹਜ਼ੂਰੀਏ ਦੇ ਨਾਲ ਇਹਨਾਂ ਦੇ ਖੂਨ ਦੇ ਦਾਗ ਸਾਫ ਕੀਤੇ, ਇਹ ਮੈਨੂੰ ਹਵਾਲਾ ਭਾਈ ਮੁਖਤਿਆਰ ਸਿੰਘ ਮੁਖੀ ਨੇ ਦੱਸਿਆ, ਜਿਹੜੇ ਉਸ ਵੇਲੇ ਉੱਥੇ ਮੌਜੂਦ ਸਨ। ਕਹਿੰਦੇ ਖੂਨ ਦੇ ਦਾਗ ਸਾਫ ਕੀਤੇ,
ਪਿਆਰ ਜਾਣ ਕੇ ਸਿਰ ਤੇ ਹੱਥ ਫੇਰ ਕੇ ਮਹਾਂਪੁਰਸ਼ਾਂ ਨੇ ਜਨਰਲ ਸਾਹਿਬ ਨਾਲ ਕੁਝ ਕਹਿਣਾ ਸ਼ੁਰੂ ਕੀਤਾ। ਆਹ ਰਚਨਾ ਤੇ ਵਾਰ ਕਹਿ ਕੇ ਮੈਂ ਸਮੇਂ ਸੀਮਾ ਚ ਮੈਂ ਕੋਸ਼ਿਸ਼ ਕਰਾਂਗਾ 2 ਮਿੰਟ ਪੜ੍ਹਨੇ। ਜਦੋਂ ਸਮਾਂ ਬੜਾ ਕੀਮਤੀ ਹੋਵੇ ਉਦੋਂ ਉੱਪਰ ਜਾਣਾ ਤੇ ਹਰ ਗਜ ਨੇ ਸ਼ੋਭਾ ਦਿੰਦਾ। ਮੈਂ 2 ਮਿੰਟ ਪਹਿਲਾਂ ਹੀ ਸਮਾਪਤੀ ਕਰਨ ਦਾ ਯਤਨ ਕਰਾਂਗਾ। ਸਰਵਣ ਕਰੀਏ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜਨਰਲ ਸੁਵੇਖ ਸਿੰਘ ਦੇ ਨਾਲ ਪਿਆਰ ਭਜੇ ਵਚਨ ਕਰ ਰਹੇ ਨੇ ਬਈ।
ਇੱਥੇ ਆ। ਇੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਬਾਬਾ ਜੀ ਜਾਣਦੇ ਨੇ, ਕਈ ਵਾਰ ਗਏ ਨੇ ਉੱਥੇ ਖਿਆਲਾ ਪਿੰਡ। ਮੈਨੂੰ ਕਈ ਵਾਰ ਕਹਿੰਦਾ ਕੀ ਸੁਨੇਹਾ ਦਿੰਦੀ ਹੈ, ਮੈਂ ਕੋਠੀ ਕੂ ਕੂ ਕੇ ਗੱਲ ਕਹਿ ਰਹੀ ਹੈ। ਜਿਹਨਾਂ ਨੇ ਕੌਮ ਦਾ ਘਰ ਬਣਾਉਣਾ ਹੋਵੇ ਉਹਨਾਂ ਦੇ ਆਪਣੇ ਉੱਜਲ ਜਾਇਆ ਕਰਦੇ ਨੇ, ਜਿਹਨਾਂ ਨੇ ਆਪਣਾ ਬਣਾਉਣਾ ਹੋਏ ਕੌਮ ਦਾ ਉਜਾੜ ਦਿਆ ਕਰਦੇ ਨੇ। ਅੱਜ ਕੌਮ ਦਾ ਘਰ ਉਜਾੜ ਕੇ ਮਹਿਲਾਂ ਚ ਬੈਠਣ ਵਾਲੇ ਖੇਰੂ ਖੇਰੂ ਹੋ ਪਏ ਨੇ, ਛਤਰੀ ਛਤਰੀ ਹੋ ਰਹੇ ਨੇ, ਤੁਹਾਡੇ ਸਾਹਮਣੇ ਸਾਰਾ ਕੁਝ। ਆਪ ਹੀ ਕਹਿੰਦੇ ਸੀ ਜਿਹਨਾਂ ਨੇ ਬੇਦਬੀਆਂ ਕਰਾਈਆਂ ਤੇ ਸਾਧ ਨੂੰ ਮਾਫੀ ਦਿੱਤੀ, ਉਹਨਾਂ ਦਾ ਕੱਖ ਨਾ ਰਵੇ। ਤੇ ਪਾਤਸ਼ਾਹ ਨੇ ਆਖਿਆ ਕੋਈ ਗੱਲ ਨੀ, ਤੁਹਾਡੀ ਇਹ ਵੀ ਅਰਦਾਸ ਕਬੂਲ ਹੋ ਜਾਵੇ। ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਸਾਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ, ਇਹਨੂੰ ਗਾਲ ਹਰਗਜ ਹਰਗਜ ਨਾ ਕੱਢਿਆ ਕਰੋ, ਮਾਰਾ ਨੀ ਕਹਿਣਾ। ਜਿਹੜੇ ਨਾ ਤੇ ਕਾਬਜ਼ ਹੋ ਗਏ ਨੇ ਉਹ ਜ਼ਰੂਰ ਐਸੇ ਘਟੀਆ ਇਨਸਾਨ ਨੇ ਜਿਹਨਾਂ ਨੇ ਕੌਮ ਦਾ ਰਹਿਣ ਕੱਖ ਨਹੀਂ ਕਰਨਾ। ਬਦ ਕਿਸਮ ਦੀ ਸਾਡੀ ਇਹ ਦੇਵੀ ਪ੍ਰਾਰਥਨ ਰਵਾਇਤ, ਏਡਾ ਵੱਡਾ ਗਦਾਰ ਜਿਹਨੇ ਭਰਾ ਨਾਲ ਗਦਾਰੀ ਕੀਤੀ, ਇਹ ਉਸ ਯੁੱਗ ਦਾ ਅਵਤਾਰ ਨੂੰ ਲੰਕਾ ਦਾ ਰਾਜਾ ਬਣਾਉਂਦਾ, ਵਿਭੀਸ਼ਣ ਨੂੰ ਗਦਾਰ ਨੂੰ ਰਾਜਾ ਬਣਾਇਆ ਨਾ। ਆ ਤਾਲਬਨ ਵਾਲੇ ਤੁਹਾਡੇ ਸਾਹਮਣੇ ਕਾਲਜਾ ਹੋ ਗਏ, ਭਾਵੇਂ ਪੈਰੀ ਜੁੱਤੀ ਹੈ ਸੀ ਜਾਂ ਨਹੀਂ ਸੀ, ਪਤਾ ਕਿਉਂ ਨਹੀਂ ਸੀ ਜੁੱਤੀ। ਉਹਨਾਂ ਨੇ ਆਪਣਾ ਘਰ ਬਣਾਉਣਾ ਸੀ, ਸਾਡੇ ਮਾਂ ਕੋਈ ਕਲਾਕਾਰ ਆ ਜਾਏ ਤੇ ਇੱਕ ਦਿਨ ਚ 2 ਮਿਲੀਅਨ ਇਕੱਠਾ ਕਰਕੇ ਨਹੀਂ ਸੀ ਉਹਨੂੰ ਦੇਣਾ। ਅੱਜ ਸ਼ਾਹ ਆਇਆ, $500 ਦੀ ਟਿਕਟ ਖਰੀਦ ਕੇ ਸਾਡੀ ਪੀੜ੍ਹੀ ਉੱਥੇ ਗਈ। ਨੌਜਵਾਨ ਜਿਹੜੇ ਕੂ ਕੂ ਕੇ ਕਹਿੰਦੇ ਨੇ ਸਾਡੇ ਕੋਲ ਵਰਕ ਹੈ ਨਹੀਂ, ਕੰਮ ਹੈ ਨਹੀਂ, ਰੋਟੀ ਹੈ ਨਹੀਂ, ਇੱਕ ਦਿਨ ਚ 2 ਮਿਲੀਅਨ ਕੌਮ ਦਾ ਪੈਸਾ ਲੈ ਗਿਆ। ਮੈਨੂੰ ਇਹ ਦੱਸਣਾ, ਉਹ ਕਿੰਨੇ ਇੱਥੇ ਆਏ ਨੇ ਜਿਹਨਾਂ ਨੇ ਆਣ ਕੇ ਬਾਬਾ ਜੀ ਨੂੰ ਆਖਿਆ ਤੁਸੀਂ ਏਡਾ ਵੱਡਾ ਸ਼ਹੀਦੀ ਸਮਾਗਮ ਕਰ ਰਹੇ ਹੋ, ਬਾਬਾ ਜੀ ਚਿੰਤਾ ਨੀ ਕਰਨੀ, 500 ਸ਼ਹੀਦ ਤੁਹਾਨੂੰ ਪਰ ਹੈਡ ਦਿੰਦੇ ਆ, ਮਨਾਈਏ ਚੜ੍ਹਦੀ ਕਲਾ ਨਾਲ ਸ਼ਹੀਦੀ ਦਿਹਾੜੇ। ਪਤਾ ਗੱਲ ਕੀ, ਉਹਨਾਂ ਦੀ ਕੌਮ ਚ ਗਦਾਰੀ ਦੀ ਸਜ਼ਾ ਸਜ਼ਾਏ ਮੌਤ ਹੈ, ਪਰ ਸਾਡੀ ਕੌਮ ਚ ਗਦਾਰੀ ਦੀ ਸਜ਼ਾ ਪੰਥ ਰਤਨ ਹੈ। ਜਿੱਡਾ ਵੱਡਾ ਗਦਾਰ ਉਹਦਾ ਹੀ ਵੱਡਾ ਪੰਥ ਰਤਨ, ਕਿਉਂਕਿ ਹੁਣੇ ਬਾਬਾ ਜੀ ਇਕੱਠਾ ਕਰਕੇ ਗਏ ਨੇ ਭਾਰਤ ਤੇ ਰਾਜ ਕਰੋ ਦੀ ਨੀਤੀ ਕਈ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਨੇ, ਮੈਨੂੰ ਦੁਬਾਰਾ ਦੁਹਰਾਉਣ ਦੀ ਲੋੜ ਨਹੀਂ। ਮੈਂ ਕਿਹਾ ਜਿਹਨਾਂ ਨੇ ਆਪਣਾ ਬਣਾਉਣਾ ਹੈ ਕੌਮ ਦਾ ਉਜਾੜ ਦਿਆ ਕਰਦੇ, ਇਹ ਕੋਠੀ ਇਹ ਸੁਨੇਹਾ ਦਿੰਦੀ ਹੈ ਸਾਨੂੰ। ਮਾਂ ਕੁਛ ਬੜੇ ਪਿਆਰ ਦੇ ਨਾਲ ਉਹਨਾਂ ਨਾਲ ਗੱਲਾਂ ਕਰ ਰਹੇ ਸਨ ਤੇ ਕਹਿਣ ਲੱਗੇ, ਜਨਰਲ ਜੀ, ਜਨਰਲ ਸਾਹਿਬ, ਤੁਹਾਡੀ ਸੇਵਾ ਥਾਏ ਪੈ ਗਈ, ਤੁਹਾਡੀ ਸੇਵਾ ਤੇ ਗੁਰੂ ਰਾਮਦਾਸ ਪਾਤਸ਼ਾਹ ਬੜੇ ਖੁਸ਼, ਤੁਹਾਡੀ ਸੇਵਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਰੀਝ ਗਏ, ਤੁਹਾਡੀ ਸੇਵਾ ਦੇ ਸ਼ਹੀਦ ਪੁੱਤਰਾਂ ਦਾ ਪਿਤਾ, ਸ਼ਹੀਦ ਪਿਤਾ ਦਾ ਪੁੱਤਰ ਸਰਬੰਸ ਬਾਣੀ ਸਰਵੇ ਕਾਇਨਾਤ ਦਾ ਮਾਲਕ ਨੀਲੇ ਦਾ ਸ਼ਾਹ ਸਵਾਰ ਏਡਾ ਖੁਸ਼ ਹੋ ਗਿਆ। ਆਓ ਵੇਖੋ ਬਾਹਰ ਮੇਰੇ ਵੀਰ ਭਾਈ ਈਸ਼ਰ ਸਿੰਘ ਜੀ ਵੀ ਆਏ ਨੇ, ਜੋ ਹੈ ਬੜਾ ਕੌਮ ਦਾ ਦਰਦ ਰੱਖਦੇ ਨੇ, ਬੜਾ ਪਿਆਰ ਹੈ ਇਹਨਾਂ ਦੇ ਭਾਈ ਸਾਹਿਬ, ਆਪਾਂ ਸਾਰੇ ਉਹਨਾਂ ਨੂੰ ਪਿਆਰ ਨਾਲ ਬਾਬਾ ਬਿੱਟੂ ਜੀ ਕਹਿ ਕੇ ਬੁਲਾਉਂਦੇ, ਕੈਨੇਡਾ ਅਰਵਿੰਦ ਸਰ, ਬਹੁਤ ਵਧੀਆ ਸੇਵਾਵਾਂ। ਗੁਰੂ ਦੀਆਂ ਲਾਲੀਆਂ ਫੌਜਾਂ ਦੇ ਨਾਲ ਇਹਨਾਂ ਦਾ ਸੰਬੰਧ ਹੈ, ਨਿਹੰਗਾ ਸਿੰਘਾਂ ਵਾਲਾ ਪਰਿਵਾਰ ਹੈ, ਪਰ ਅੱਜ ਸਾਡੇ ਚੋਂ ਵੀ ਭੇਖੀ ਬਣ ਕੇ ਹਮਲ ਕਰਦੇ ਫਿਰਦੇ ਨੇ, ਕਿਤੇ ਆਹ ਵੇਖ ਲਓ ਜਿਹੜੇ ਜਾ ਕੇ ਜਿਹਦੇ ਅਲੰਕਾਰ ਲਾਉਂਦਾ ਫਿਰਦਾ ਸੀ। ਸੁਚੇਤ ਹੋ ਜਾਏ ਇਹਨਾਂ ਕਾਲੀਆਂ ਭੇਡਾਂ ਤੋਂ, ਸਾਧ ਸੰਗਤ ਜੀ ਸਰਵਰ ਕਰੀਏ। ਮਹਾਂਪੁਰਸ਼ਾਂ ਨੇ ਕਿਹਾ ਜਨਰਲ ਸਾਹਿਬ ਉਹ ਵੇਖੋ ਕੀ ਕਹਿ ਰਹੇ ਨੇ, ਧਾਰਮਿਕ ਸਿੰਘ ਬਿਆਨਾਤ ਕਰਨਗੇ ਸਾਨੂੰ ਕਰੋ ਜੀ। Thank you.
ਪ੍ਰੋਫੈਸਰ ਭਾਈ ਅਮਰੀਕ ਸਿੰਘ, ਨੌਜਵਾਨ ਦਲਾਂ ਦੀ ਧੜਕਣ ਉਹਨਾਂ ਦੇ ਲੜਕੇ ਜਿਗਰ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ, ਉਹਨਾਂ ਦੇ ਨਾਲ ਸਾਡੇ ਗੁਰੂ ਜੀ ਭਾਈ ਹਰਜਿੰਦਰ ਸਿੰਘ ਜੀ ਹਾਜ਼ਰੀ ਭਰ ਨੇ ਸਾਡੇ ਚ ਕਰਵਾਇਆ ਪਿਆ। ਜਦੋਂ ਕੋਈ ਪੰਥਕ ਸ਼ਖਸੀਅਤ ਜਿਹਨੂੰ ਸਰਗੁਰ ਨੇ ਮਾਨ ਬਖਸ਼ਿਸ਼ ਕੀਤਾ ਹੋਵੇ, ਸੰਗਤਾਂ ਨੇ ਮਾਨ ਬਖਸ਼ਿਸ਼ ਕੀਤਾ ਹੋਵੇ, ਉਹ ਦੀਵਾਨ ਚਾਹੁਣ ਤੇ ਉਹਨਾਂ ਨੂੰ ਜਿਉਂ ਆਖਣ ਦਾ ਇੱਕ ਢੰਗ ਹੈ। ਆਪਾਂ ਕਿਉਂਕਿ ਗੁਰੂ ਦੀ ਗੋਦ ਚ ਉੱਠ ਕੇ ਸਤਿਕਾਰ ਨਹੀਂ ਕਰਨਾ, ਉਹ ਤਰੀਕਾ ਹੈ। ਮੈਂ ਜੈਕਾਰ ਬੁਲਾਵਾਂਗਾ, ਆਪ ਜੀ ਨੇ ਯੋਗ ਉੱਤਰ ਦੇਣਾ ਹੈ। ਸਮਾਪਤੀ ਕਰਨ ਦਾ ਯਤਨ ਕਰਾਂਗਾ। ਸੁਣੋ, ਜਨਰਲ ਸਾਹਿਬ ਨਾਲ ਜਦੋਂ ਬਚਨ ਕੀਤੇ ਉਹਨਾਂ ਨੇ ਬਾਹਰ ਨੂੰ ਵੇਖਿਆ, ਕਦੀ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜਾਓ ਭੋਰਾ ਸਾਹਿਬ ਵਿਖੇ, ਅੱਜ ਵੀ ਉਸੇ ਤਰ੍ਹਾਂ ਜਾਲੀਆਂ ਲੱਗੀਆਂ ਜਿੱਥੋਂ ਬਾਹਰਲਾ ਦ੍ਰਿਸ਼ ਸਾਰਾ ਨਜ਼ਰ ਆਉਂਦਾ। ਮਾਨੋ ਕਿਸੇ ਬੱਚੇ ਨੂੰ ਗੁਆਚੀ ਹੋਈ ਚੀਜ਼ ਮਿਲ ਗਈ ਹੋਵੇ ਤੇ ਉਹ ਕਾਹਲਾ ਪੈ ਗਿਆ ਹੋਵੇ, ਉਹਨੇ ਹੱਥ ਜੋੜ ਕੇ ਗੁਰਫਤਿਹ ਬੁਲਾਈ ਤੇ ਸਿਰ ਇੱਕ ਪਾਸੇ ਸੁੱਟ ਦਿੱਤਾ। ਜਿੰਨਾ ਚਿਰ ਸਵਾਸੇ ਚੱਲਦੇ ਸਨ ਮਹਾਂਪੁਰਸ਼ ਬੜਾ ਪਿਆਰ ਕਰ ਰਹੇ ਸਨ, ਮਿੱਟੀ ਨਾਲ ਕੋਈ ਸੰਬੰਧ ਨਹੀਂ ਸੀ ਸਤ ਪੁਰਸ਼ਾਂ ਦਾ। ਜਦੋਂ ਭੌਰ ਉਡਾਰ ਮਾਰ ਗਏ, ਉਹਨਾਂ ਨੇ ਖੱਬੇ ਹੱਥ ਨਾਲ ਜਨਰਲ ਸਾਹਿਬ ਦਾ ਸਿਰ ਕੱਟ ਕੇ ਬਾਹਰ ਰੱਖ ਦਿੱਤਾ। ਹੁਣ ਰੋਜ਼ ਚਾਹੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ ਬਾਹਰ ਨਿਕਲੇ ਨੇ, ਗੱਲ ਚ ਹਜ਼ੂਰੀ ਹੈ। ਛੋਟੀ ਅਰਦਾਸ ਕਰਨ ਲੱਗੇ ਜਦ ਸਿੰਘਾਂ ਦਾ ਜੱਥਾ ਆ ਗਿਆ। ਬਾਬਾ ਜੀ ਇੱਕ ਬੇਨਤੀ ਹੈ, ਮਹਾਂਪੁਰਸ਼ਾਂ ਨੇ ਆਖਿਆ ਅੱਜ ਤੁਹਾਡੀਆਂ ਨਹੀਂ ਸਾਡੀ ਸੁਣ ਲਓ, ਜੇ ਸਾਨੂੰ ਇਹ ਗੱਲ ਕਹਿਣ ਵਾਸਤੇ ਆਏ ਤੇ ਇੱਥੇ ਚਲੇ ਜਾਈਏ। ਤੁਹਾਡਾ ਆਪਾਂ ਨੇ ਬਚਨ ਮੰਨਿਆ, ਅਸੀਂ ਚੰਦੋ ਕਲਾਂ ਤੋਂ ਆ ਗਏ, ਅੱਜ ਤੱਕ ਸਿੱਖ ਸੰਗਤ ਸਾਨੂੰ ਚੰਦੋ ਕਲਾਂ ਦਾ ਭਗੌੜਾ ਕਹਿੰਦੀ। ਠਾਕਰ ਵਾਲਾ ਕਾਂਡ ਅਸੀਂ ਰੋਕਣ ਵਾਸਤੇ ਨਾ ਗਏ,
ਸ਼ਹੀਦ ਬਾਬਾ ਫੌਜਾ ਸਿੰਘ ਦੀ ਧਰਮ ਸੁਪਤਨੀ ਸਾਨੂੰ ਫਤਰ ਦਾ ਭਗੋੜਾ ਕਹਿੰਦੀ। ਅਸੀਂ ਇੱਥੋਂ ਚਲ ਗਏ, ਕੌਮ ਨੇ ਕਦੀ ਮਾਫ਼ ਨਹੀਂ ਕਰਨਾ। ਹਾਂ, ਜਿਹੜਾ ਜਾਣਾ ਚਾਹੁੰਦਾ ਜਾਵੇ, ਜਿਹੜਾ ਰਹਿਣਾ ਚਾਹੁੰਦਾ ਰਹਿ ਜਾਵੇ। ਮਹਾਂਪੁਰਸ਼ਾਂ ਦੇ ਨਾਲ ਉਹ ਗਿਣਤੀ ਦੇ ਸਿੰਘ ਸਨ, ਸਾਰੇ ਸਤਿਕਾਰਯੋਗ ਨੇ ਸਾਰੇ, ਭਾਵੇਂ ਬਾਬਾ ਥਾਰਾ ਸਿੰਘ ਜੀ ਸਨ, ਭਾਵੇਂ ਭਾਈ ਅਮਰੀਕ ਸਿੰਘ ਜੀ ਸਨ, ਭਾਵੇਂ ਬਾਬਾ ਬੂਟਾ ਸਿੰਘ ਜੀ ਸਨ, ਭਾਵੇਂ ਭਾਈ ਰਿਸ਼ਪਾਲ ਸਿੰਘ ਜੀ ਸਨ, ਬੇਸ਼ੱਕ ਬਾਬਾ ਦਾਰਾ ਸਿੰਘ ਜੀ ਸਨ, ਬੇਸ਼ੱਕ ਭਾਈ ਅਮਰਜੀਤ ਸਿੰਘ ਜੀ ਖੇਮ ਕਰਨ ਸਨ, ਤੇ ਜੇ ਮੈਂ ਕਹਿਣਾ ਮੈਂ ਕਿਸੇ ਦੇ ਵੀ ਨਾਂ ਲਈ ਜਾਵਾਂ ਤੇ ਇੱਕ ਇੱਕ ਨਾਂ ਦੇ ਦੋ ਦੋ ਸਿੰਘ ਹੋਣਗੇ। ਇਹ ਜੋ ਮੇਰੇ ਜ਼ਿਹਨ ਵਿੱਚ ਆ ਗਏ ਇਸ ਵੇਲੇ ਮੈਂ ਤੁਹਾਡੇ ਨਾਲ ਸਾਂਝਾ ਕਰ। ਇੱਕ ਆਤਮਾ ਹੋਰ ਸੀ, ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੀ ਬੜੀ ਚਰਚਾ, ਪਰ ਪਹਿਲੀ ਵਾਰ ਜਦੋਂ ਮੈਂ ਮਹਿੰਤੇ ਚੌਂਕ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਆਈਏ, ਇੱਕ ਪਿੰਡ ਹੈ ਸੂਰੋ ਪੱਡਾ, ਤੇ ਉਹਨਾਂ ਨੇ ਮੈਨੂੰ ਸੱਦ ਲਿਆ। ਮੈਂ ਕਿਹਾ ਕਿਸ ਸੰਬੰਧ ਚ? ਕਹਿੰਦੇ ਬਾਬਾ ਮੋਹਨ ਸਿੰਘ ਦੀ ਬਰਸੀ, ਨੀਚੇ ਜਾਣਾ ਮੈਂ ਗੁਰੂ ਦੀ ਹਜ਼ੂਰੀ ਚ ਕਹਿਣਾ, ਮੈਨੂੰ ਬਾਬਾ ਮੋਹਨ ਸਿੰਘ ਦੇ ਬਾਰੇ ਕੋਈ ਨਹੀਂ ਸੀ ਜਾਣਕਾਰੀ। ਮੈਂ ਕਿਹਾ ਕੌਣ ਹੈ ਭਾਈ ਮੋਹਨ ਸਿੰਘ ਜੀ? ਭਾਵੇਂ ਮੈਂ ਕੌਮ ਦਾ ਪ੍ਰਚਾਰਕ ਸਾਂ। ਫਿਰ ਉਹਨਾਂ ਨੇ ਸਾਰਾ ਕੁਝ ਮੇਰੇ ਨਾਲ ਸਾਂਝਾ ਕੀਤਾ। ਇਹ ਤੇ ਕਿਸੇ ਟਕਸਾਲ ਵਾਲੇ ਸਿੰਘ ਨੂੰ ਪੁੱਛੋ, ਹੁਣ ਮੈਂ ਇਹਦਾ ਵਿਆਖਣ ਕੀ ਕਰ ਲੈਣਾ ਕਿ ਭਾਈ ਮੋਹਨ ਸਿੰਘ ਜੀ ਕੀ ਚੀਜ਼ ਸਨ। ਮੈਂ ਕੋਲ ਜੰਮੂ ਗਿਆ, ਸੰਗਤਾਂ ਨੇ ਇਹੋ ਮਜ਼ਬੂਤ ਸਰਵਣ ਕੀਤਾ। ਬਾਅਦ ਚ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਦੀ ਕਥਾ ਸੀ, ਫਿਰ ਉਹਨੇ 2 ਘੰਟੇ ਬਾਬਾ ਮੋਹਨ ਸਿੰਘ ਤੇ ਲਾਏ ਕਿ ਭਾਈ ਮੋਹਨ ਸਿੰਘ ਜੀ ਕੀ ਚੀਜ਼ ਸਨ। ਬੜਾ ਕੁਝ ਉਹਨਾਂ ਬਾਰੇ ਦੱਸਿਆ। ਉਹ ਕੌਣ ਸਨ? ਦਾਸ ਦੇ ਨਗਰ ਤੋਂ ਮਹਿਜ 2 ਕਿਲੋਮੀਟਰ ਦੀ ਦੂਰੀ ਤੇ UBDC ਕਨਾਲ ਅੱਪਰ ਬਾਰੀ ਦੁਆਬ ਨਹਿਰ ਦੇ ਕੰਢੇ ਇੱਕ ਪਿੰਡ ਹੈ ਤਲਵੰਡੀ ਵਿਰਖ। ਮੈਂ ਗੱਲ ਕਹਿ ਕੇ ਵਾਰ ਕਹਿਣ ਲੱਗਾ, ਵਿਦਿਆ ਮਾਰਤੰਡ ਸਿੰਘ ਸਾਹਿਬ ਸਤਿਕਾਰੇ ਜੋੜ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ ਇਸ ਪਿੰਡ ਚ ਕਥਾ ਕਰਦੇ ਸੀ। ਕਥਾ ਵਾਚਕ ਆ ਜੀ, ਜਿਸ ਤਰ੍ਹਾਂ ਭਾਈ ਸਾਹਿਬ ਜੀ ਕਿ ਅੱਜ ਅਸੀਂ ਪੱਗਾਂ ਲਵਾਉਣ ਵਾਸਤੇ ਆਉਂਦੇ, ਦੁਫਾੜ ਪੈਦਾ ਕਰਨ ਵਾਸਤੇ, ਜੋੜਨ ਵਾਸਤੇ ਨਹੀਂ, ਤੋੜਨ ਵਾਸਤੇ ਕਥਾ ਹੋ ਰਹੀ ਹੈ। 8-8 ਦਿਨ ਦੀ ਕਥਾ ਆਉਂਦੀ ਸੀ। ਦਿਨ 3 ਬਤੀਤ ਹੋਏ ਤੇ ਇੱਕ ਛੋਟੇ ਜਿਹੇ ਬੱਚੇ ਨੇ ਮਹਾਂਪੁਰਸ਼ਾਂ ਦਾ ਚੋਲਾ ਫੜ ਲਿਆ ਹੈ, ਚੋਲਾ ਖਿੱਚ ਕੇ ਕਹਿਣ ਲੱਗੇ ਬਾਬਾ ਜੀ ਮੈਨੂੰ ਅੰਮ੍ਰਿਤ ਛਕਾ ਦਿਓਗੇ? ਮਹਾਂਪੁਰਸ਼ਾਂ ਨੇ ਵੇਖਿਆ ਸਾਂਵਲਾ ਜਿਹਾ ਰੰਗ ਤੇ ਕਾਲਾ ਜਿਹਾ ਸਰੀਰ, ਛੋਟਾ ਜਿਹਾ ਬੱਚਾ, ਸਿਰ ਤੇ ਹੱਥ ਰੱਖ ਦਿੱਤਾ, ਕਿਰਪਾ ਤੇ ਉਦੋਂ ਹੀ ਹੋ ਗਈ ਨਾ। ਕਹਿਣ ਲੱਗੇ ਬੇਟਾ ਕਿਉਂ ਨੀ, ਤੇਰਾ ਨਾਂ ਕੀ ਹੈ? ਉਹਨੇ ਆਖਿਆ ਜੀ ਮੇਰਾ ਨਾਂ ਮੋਹਨ ਲਾਲ। ਮਹਾਂਪੁਰਸ਼ਾਂ ਚਤਾਨ ਜੇ ਹੋ ਗਏ ਤੇ ਜੱਥੇ ਦੇ ਸਿੰਘਾਂ ਨੇ ਆਖਿਆ ਜੀ ਬ੍ਰਾਹਮਣਾਂ ਦਾ ਪੁੱਤ ਹੈ, ਪੜਤਾ ਦਾ ਪੁੱਤ ਹੈ। ਉਹਨਾਂ ਕਿਹਾ ਬੇਟਾ ਛਕਾ ਦੇਵਾਂਗੇ, ਪਰ ਆਪਣੇ ਮਾਂ ਬਾਪ ਨੂੰ ਪੁੱਛ ਲਓ ਕਿੱਦਾਂ ਕਿਸੇ ਕੌਮ ਨੂੰ ਸਮੁੱਚੇ ਰੂਪ ਚ ਆਪਾਂ ਮਾੜਾ ਕਵਾਂਗੇ। ਇਸ ਕਰਕੇ ਸਮੁੱਚੇ ਰੂਪ ਚ ਨਾ ਕੋਈ ਚੰਗਾ ਤੇ ਨਾ ਕੋਈ ਮਾੜਾ, ਮੈਂ ਬੇਨਤੀ ਕਰ ਦੇਵਾਂ। ਗੁਰੂ ਤੇ ਕਿਹਦੇ ਤੇ ਕਿਰਪਾ ਹੋ ਜਾਣੀ ਹੈ ਗੁਰੂ ਦੀ, ਇਹ ਸਾਨੂੰ ਨੀ ਪਤਾ, ਗੁਰੂ ਜਾਣਦਾ। ਉਹਨਾਂ ਕਿਹਾ ਬੇਟਾ ਮਾਂ ਬਾਪ ਨੂੰ ਪੁੱਛ ਲਓ, ਕਹਿੰਦੇ ਜੀ ਬੜਾ ਸ਼ਰਧਾਲੂ ਪਰਿਵਾਰ ਹੈ, ਗੁਰੂ ਘਰ ਆਉਂਦਾ ਜੇ ਰੋਜ਼ਾਨਾ, ਭਾਵੇਂ ਪੰਡਤਾਂ ਦਾ ਪਰਿਵਾਰ। ਦੀਵਾਨਾਂ ਦੀ ਸਮਾਪਤੀ ਹੋਈ ਐਤਵਾਰ ਵਾਲੇ ਦਿਨ ਪੰਜ ਸਿੰਘ ਸਾਹਿਬਾਨ ਨੇ ਖੰਡੇ ਬੱਟ ਦਾ ਅੰਮ੍ਰਿਤ ਛਕਾਇਆ। ਇਹ ਮੋਹਨ ਲਾਲ ਨੂੰ ਛਕਾਇਆ ਤੇ ਇਹਦਾ ਨਾਂ ਰੱਖਿਆ ਪੰਜ ਸਿੰਘ ਸਾਹਿਬਾਨ ਨੇ ਭਾਈ ਮੋਹਨ ਸਿੰਘ। ਢਾਡੀ ਸਿੰਘ ਨੇ ਵਾਰ ਕਹਿਣੀ ਹੈ, ਜਦੋਂ ਮੈਨੂੰ ਉਹਨਾਂ ਦਾ ਜੀਵਨ ਪਤਾ ਲੱਗਾ, ਜਦੋਂ ਮੈਂ ਵਾਰ ਲਿਖੀ ਨਾ, ਫਿਰ ਮੈਂ ਉਹਦੇ ਚ ਜ਼ਿਕਰ ਕੀਤਾ ਕਿ ਚਲੋ ਭਾਈ ਮੋਹਨ ਸਿੰਘ ਦਾ ਜ਼ਿਕਰ ਕਰਦੇ ਹਾਂ। ਵੱਖਰੀ ਚੀਜ਼ ਵੀ ਲਿਖੀ ਜਾ ਸਕਦੀ, ਪਰ ਮਜ਼ਬੂਨ ਲਮੇਰੇ ਹੋ ਜਾਂਦੇ ਨੇ, ਨਾ ਇੰਨਾ ਸਮਾਂ ਹੁੰਦਾ। ਇਸ ਕਰਕੇ ਇਸ ਵਾਰ ਵਿੱਚ ਮੈਂ ਉਹਨਾਂ ਦਾ ਜ਼ਿਕਰ ਕੀਤਾ। ਇਹਨਾਂ ਦੀਆਂ 3 ਧੀਆਂ ਤੁਸੀਂ ਜਾਣਦੇ ਹੋ, ਸਤਨਾਮ, ਪੂਰਾ ਨਾਂ ਸਤਨਾਮ ਕੌਰ, ਦੂਜੀ ਵਾਹਿਗੁਰੂ ਕੌਰ, ਪੂਰਾ ਨਾਂ ਵਾਹਿਗੁਰੂ ਕੌਰ। ਧੀਆਂ ਦੇ ਤੇ ਨਾਂ ਅੱਜ ਵੀ ਆਪਾਂ ਰੱਖਦੇ, ਪਤਾ ਨੀ ਲੱਗਦਾ ਮੁਸਲਮਾਨ ਦੀ ਧੀ ਹੈ, ਹਿੰਦੂ ਦੀ ਧੀ ਹੈ, ਕਿ ਕਿਸੇ ਸਿੱਖ ਦੀ ਧੀ ਹੈ, ਕਿਸੇ ਦਾ ਨਾਂ ਪਾਇਲ, ਕਿਸੇ ਦਾ ਪੂਜਾ, ਕਿਸੇ ਦਾ ਕੁਝ, ਕਿਸੇ ਦਾ ਕੁਝ ਨਾ, ਮਗਰ ਕੌਰ ਨਾ ਬੱਚਿਆਂ ਦੇ ਨਾਲ ਸਿੰਘ ਸ਼ਬਦ ਕਰਕੇ ਚਲੇ। ਸਾਨੂੰ ਮਾਰਨ ਦੀ ਲੋੜ ਕੀ? ਅਸੀਂ ਤੇ ਆਪੇ ਮਰ ਜਾਣਾ, ਭਾਸ਼ਾ ਸਾਡੀ ਨਾ ਰਹੀ, ਨਾ ਸਾਡੇ ਚੜ੍ਹਦੀ ਕਲਾ ਵਾਲੀ ਨਾ ਰਹੇ। ਖੈਰ, ਇਹਨਾਂ ਗੱਲਾਂ ਦਾ ਸਮਾਂ ਨਹੀਂ।
ਜਦੋਂ ਨਾਮ ਜਨਤਾ ਟੈਂਕ ਆਏ ਨੇ, ਪਹਿਲਾਂ ਤਾਂ ਕਬਰਸਤਾਨ ਇੱਥੇ ਜਨਰਲ ਸਵੇਖ ਸਿੰਘ ਨੇ ਰਸ਼ੀਆ ਦੀਆਂ ਬਣੀਆਂ ਹੋਈਆਂ ਗੱਡੀਆਂ ਜਿਹਨਾਂ ਦਾ ਮੈਂ ਕੱਲ ਜ਼ਿਕਰ ਕੀਤਾ, ਉਹਨਾਂ ਦਾ ਕਬਰਸਤਾਨ ਬਣਾਇਆ ਹੋਇਆ ਸੀ। ਜਦੋਂ ਆਏ ਨੇ ਭਾਈ ਮੋਹਨ ਸਿੰਘ ਨੇ ਸੂਸਾਈਡ ਬੰਬਰ ਸਿੱਖ ਇਤਿਹਾਸ ਵਿੱਚ ਪਹਿਲਾ ਜੇਕਰ ਬਣੇ ਹੈ ਸੂਸਾਈਡ ਬੰਬਰ, ਤਾਂ ਭਾਈ ਮੋਹਨ ਸਿੰਘ ਦੀ ਛੋਟੀ ਬੇਟੀ ਬਣੀ ਹੈ ਸਤਨਾਮ ਕੌਰ, ਬਾਅਦ ਚ ਬੇਅੰਤ ਬਣੇ। ਪਰ ਇੱਕ ਰਿਕਾਰਡ ਹੈ, ਸਿੱਖ ਕੌਮ ਦੇ ਕਿਸੇ ਵੀ ਸੂਰਮੇ ਜਾਂ ਮਾਤਾ ਨੇ ਜਾਂ ਭੈਣ ਨੇ ਕਦੀ ਕਿਸੇ ਨਿਰਦੋਸ਼ ਨੂੰ ਸੂਸਾਈਡ ਬੰਬਰ ਬਣ ਕੇ ਨਹੀਂ ਮਾਰਿਆ, ਮਰਦੇ ਨੇ ਕਈ। ਫਿਰ ਭਾਈ ਦਲਾਵਰ ਸਿੰਘ ਉਹਨੇ ਆਏ ਜਿਹਨਾਂ ਨੇ ਦਿਨ ਤੇ ਬੁੱਚੜ ਦੀਆਂ ਬੋਟੀਆਂ ਉਡਾਈਆਂ, ਇਹ ਵੀ ਸੂਸਾਈਡ ਬੰਬਰ ਬਣੇ। ਪਰ ਇਹ ਪਹਿਲਾ ਮੌਕਾ ਸੀ ਜਦੋਂ ਭਾਈ ਸਾਹਿਬ ਨੇ ਉਹਦੇ ਨਾਲ ਬਰੂਦ ਬੰਨ ਕੇ ਟੈਂਕ ਦੇ ਅੱਗੇ ਸੁੱਟਿਆ। ਫੌਜੀ ਵੀਰ ਜਾਣਦੇ ਨੇ ਟੈਂਕ ਦੀ ਚੈਨ ਟੁੱਟ ਜਾਵੇ ਤੇ ਟੈਂਕ ਬੇਕਾਰ ਹੋ ਜਾਂਦਾ। ਇੱਕ ਟੈਂਕ ਉਹਨਾਂ ਦੀ ਧੀ ਸਤਨਾਮ ਕੌਰ ਨੇ ਬਰਬਾਦ ਕੀਤਾ, ਫਿਰ ਵਾਹਿਗੁਰੂ ਕੌਰ ਨੂੰ ਸੁੱਟੇ ਉਹਨੇ ਬਰਬਾਦ ਕੀਤਾ। ਫਿਰ ਅਮਰਜੀਤ ਕੌਰ ਨਾਲ ਬੰਨਣ ਲੱਗੇ ਤਾਂ ਦੁੱਧ ਚੁੰਘਦੀ ਸੀ ਗੋਦ ਸੀ, ਉਹ ਬਰੂਦ ਵੱਜੇ ਨਾ, ਪਰ ਤੁਹਾਡੇ ਵਰਗਾ ਰਹਿਮ ਦਿਲ ਉੱਥੇ ਸੀ ਉਹਦਾ ਜ਼ਿਕਰ ਨਹੀਂ ਆਉਂਦਾ। ਕਹਿੰਦਾ ਬਾਬਾ ਜੀ ਮੈਨੂੰ ਦੇ ਦਿਓ, ਤੁਹਾਡੀ ਨਿਸ਼ਾਨੀ ਰਹਿ ਜਾਵੇਗੀ ਮੇਰੇ ਪਾਸ। ਭਾਈ ਸਾਹਿਬ ਨੇ ਸੈਕਿੰਡ ਦੋ ਸੈਕਿੰਡ ਸੋਚਿਆ ਤੇ ਆਪਣੀ ਧੀ ਨੂੰ ਉਹਦੇ ਨਾਲ ਧੱਕਾ ਦੇ ਦਿੱਤਾ, ਉਹਨੇ ਮੋਢੇ ਲਾ ਲਏ, ਉਹ ਨਿਊਜ਼ੀਲੈਂਡ ਲੈ ਗਿਆ, ਅੱਜ ਕੱਲ੍ਹ ਆਕਲੈਂਡ ਸ਼ਹਿਰ ਵਿੱਚ ਹੈ, ਵਿਆਹ ਹੋ ਚੁੱਕਾ। ਅੱਗੇ ਭਚੰਗੀ ਦੀ ਦਾਤ ਵੀ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ ਹੋਈ, ਤੁਸੀਂ ਜ਼ਿਆਦਾ ਜਾਣਦੇ ਹੋ। ਮੈਂ ਸ਼ਾਰਟ ਵਿੱਚ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਾਂ। ਫਿਰ ਇਹਨਾਂ ਦੀ ਜੀਵਨ ਸਾਥਣ ਬੀਬੀ ਪ੍ਰੀਤਮ ਕੌਰ ਨੇ ਆਪਣੇ ਲੱਕ ਨਾਲ ਪੇਟੀ ਬੰਨ ਕੇ ਤੀਜੇ ਟੈਂਕ ਦੀ ਛਾਲ ਮਾਰੀ, ਚੌਥਾ ਟੈਂਕ ਭਾਈ ਮੋਹਨ ਸਿੰਘ ਨੇ ਬਰਬਾਦ ਕੀਤਾ। ਨੌ ਵਿੱਚੋਂ ਚਾਰ ਟੈਂਕ ਇੱਕ ਪਰਿਵਾਰ ਨੇ ਬਰਬਾਦ ਕੀਤੇ, ਸਾਧ ਸੰਗਤ ਇੱਕ ਪਰਿਵਾਰ ਨੇ। ਇਹ ਤਾਂ ਸ਼ਹੀਦਾਂ ਦੀ ਕਤਾਰ ਇੰਨੀ ਹੈ, ਮੇਰੇ ਵਰਗਾ ਦਾ ਦਿਮਾਗ ਖਤਮ ਹੋ ਜਾਵੇਗਾ, ਕਾਪੀ ਦੇ ਵਰਕੇ ਖਤਮ ਹੋ ਜਾਣਗੇ, ਪੈਨ ਚੋਂ ਸਿਆਹੀ ਮੁੱਕ ਜਾਵੇਗੀ, ਪਰ ਇਹਨਾਂ ਦੇ ਨਾਂ ਲਿਖੇ ਨਹੀਂ ਜਾ ਸਕਦੇ। ਮੈਂ ਪੁੱਛਣ ਰੱਖਿਆ, ਜਿਹੜਾ ਜਾਣਾ ਚਾਹੁੰਦਾ ਜਾਵੇ, ਜਿਹੜਾ ਰਹਿਣਾ ਚਾਹੁੰਦਾ ਰਹੇ। ਕੋਈ ਜੋਤ ਨੂੰ ਜਾਗਦਾ ਰੱਖਣ ਵਾਸਤੇ ਬਾਬਾ ਮਾਨੋ ਚਾਲ ਵਰਗੇ ਤੇ ਜਨਰਲ ਰਾਮ ਸਿੰਘ ਵਰਗੇ ਬਾਹਰ ਆਏ, ਕੋਈ ਰਾਜ ਗੱਦੀਆਂ ਦੀ ਭਿਖਿਆ ਲੈਣ ਵਾਸਤੇ ਨੀ ਬਾਹਰ ਖੜੀਆਂ ਕਰਕੇ ਬਾਹਰ ਆਏ। ਅੱਜ ਉਹਨਾਂ ਦੀ ਚਰਚਾ ਹੁੰਦੀ ਹੈ ਥਾਂ ਪਰ ਥਾਂ। ਫਿਰ ਹੋਇਆ ਕੀ, ਜਦੋਂ ਚੱਲ ਕੇ ਫਿਰ ਮਹਾਂਪੁਰਸ਼ਾਂ ਨੇ ਛੋਟੀ ਅਰਦਾਸ ਕੀਤੀ, ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ ਕੀਤੀ ਛੋਟੀ ਅਰਦਾਸ। ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਦਾ, ਜਦੋਂ ਛੱਡਿਆ ਜਕਾਰਾ ਮਰਦੇ ਨੇ ਆਪਣੇ ਸ਼ਸਤਰ ਹਵਾ ਚ ਲਹਾਏ। ਕਿਸੇ ਕੋ ਪਸਤੌਲ, ਕਿਸੇ ਕੋ ਕਾਰਬਾਈਨ, ਕਿਸੇ ਕੋ ਪਿਸਟਲ, ਕਿਸੇ ਕੋ ਥ੍ਰੀ ਨਰਥਰੀ, ਕਿਸੇ ਕੋ ਦਲਾਲੀ, ਕਿਸੇ ਕੋ LMG, ਬਹੁਤੇ ਵੱਡੇ ਹਥਿਆਰ ਨਹੀਂ ਸਨ, ਪਰ ਮੱਥਾ ਟੈਂਕਾਂ ਨਾਲ ਲਾਉਣਾ, ਕਿਉਂਕਿ ਕਿਸੇ ਨੇ ਆਖਿਆ ਬਾਬਾ ਜੀ ਸਰਕਾਰ ਛੋਟੇ ਹਥਿਆਰਾਂ ਤੇ ਆ ਗਈ ਨੇ। ਇਹ ਮਰਦਾਂ ਦੀਆਂ ਗੱਲਾਂ, ਆਹ ਟੈਂਕ ਰਹੇ ਨੇ, ਕਹਿੰਦਾ ਸਰਕਾਰ ਛੋਟੇ ਹਥਿਆਰਾਂ ਤੇ ਆ ਗਈ। ਮਹਾਂਪੁਰਸ਼ਾਂ ਨੇ ਆਖਿਆ ਫਿਰ ਕੀ ਹੋਇਆ, ਸਾਨੂੰ ਟੈਂਕਾਂ ਤੋਪਾਂ ਨਾਲ ਲੜਨਾ ਸਾਡੇ ਵੱਡਿਆਂ ਨੇ ਸਿਖਾਇਆ ਹੋਇਆ। ਯਾਦ ਕਰੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਅਕਾਲੀ, 40 ਤੋਪਾਂ ਤੁਰਕੀ ਪਹਾੜੀ ਤੇ ਫਿੱਟ ਨੇ, ਪਰ ਮਰਦ ਤੇਗ ਲੈ ਕੇ ਮੈਦਾਨੇ ਜੰਗ ਚ ਨਿਤਰ ਗਿਆ ਸੀ। ਯਾਦ ਕਰੋ ਸਭਰਾਵਾਂ ਦਾ ਮੈਦਾਨੇ ਜੰਗ, ਜਦੋਂ ਬੁੜਾ ਸਰਦਾਰ ਸ਼ਾਮ ਸਿੰਘ ਅਟਾਰੀ ਤੇਗ ਲੈ ਕੇ ਮੈਦਾਨੇ ਜੰਗ ਚ ਨਿਤਰ ਗਿਆ ਸੀ, ਜਦੋਂ ਦੁਸ਼ਮਣਾਂ ਨੇ ਬਰੂਦ ਦੀਆਂ ਪੇਟੀਆਂ ਦਰਿਆ ਸਾਤ ਵਿੱਚ ਡੋਬ ਦਿੱਤੀਆਂ। ਇਹ ਤਕਰੀਰ ਸੁਣਦਿਆਂ ਸਾਰ ਮਰਦਾਂ ਦੀਆਂ ਭਾਵਾਂ ਤਣ ਗਈਆਂ, ਉਹਨਾਂ ਸ਼ਸਤਰ ਛਾਤੀ ਲਾਏ, ਕਰਕੇ ਸਿੱਧੇ ਮੁਕਾਬਲਾ ਟੈਂਕਾਂ ਦੇ ਨਾਲ ਹੈ, ਕੌਰ 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 ਕਰਕੇ ਗੋਲੀਆਂ ਵਰਾ ਕੇ ਟੈਂਕਾਂ ਦਾ ਮੁਕਾਬਲਾ ਕਿਵੇਂ ਕੀਤਾ।
ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।
ਆਏ ਹੋਏ ਪਰਨੋਤੇ ਸੱਜਣਾਂ ਦਾ ਉਹਨਾਂ ਦੇ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਸ ਵਿਸ਼ੇ ਦੇ ਉੱਤੇ ਮੌਜੂਦਾ ਹਾਲਾਤ ਉੱਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ। ਅਯੋਗ ਸ਼ਬਦ ਹੋਈਆਂ ਪੁੰਨਾਂ ਵਾਸਤੇ ਤੁਹਾਡੇ ਪਾਸੋਂ ਖਿਮਾ ਮੰਗਦਾ ਹਾਂ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਬਾਲਕ ਬਖਸ਼ਿਸ਼ ਕੀਤਾ, ਤੁਹਾਡੇ ਦਰਸ਼ਨ ਦਾਰੇ ਕਰਨ ਦਾ ਮੌਕਾ ਮਿਲਿਆ। ਪਿਆਰ ਸਾਹਿਬ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਜਥੇਦਾਰ ਤਰਸੇਮ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸ਼ਹੀਦਾਂ 40 ਸਾਲ ਸ਼ਹੀਦਾਂ ਦੇ ਨਾਲ ਪ੍ਰੋਗਰਾਮ ਦੇ ਨਾਂ ਹੇਠ ਮਨਾਇਆ ਜਾ ਰਿਹਾ ਹੈ। 1 ਜੂਨ ਤੋਂ 6 ਜੂਨ 1984 ਨੂੰ ਹਿੰਦੁਸਤਾਨ ਦੀਆਂ ਫੌਜਾਂ ਨਾਲ ਦੋ ਦੇਸ਼ ਹੋਰ ਇੰਗਲੈਂਡ ਤੇ ਰੂਸ ਦੀਆਂ ਫੌਜਾਂ ਨੇ ਰਲ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਸੋ ਇਸ ਕਰਕੇ ਜੂਨ ਦਾ ਆਖਰੀ ਦਿਨ ਹੈ ਅੱਜ, 23 ਜੂਨ ਆਖਰੀ ਦਿਨ ਹੈ। ਜਥੇਦਾਰ ਜੀ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀ 40 ਸਾਲ ਸ਼ਹੀਦਾਂ ਦੇ ਨਾਲ, ਉਹਦੇ ਵਿੱਚ ਸਰਦਾਰ ਲਖਵਿੰਦਰ ਸਿੰਘ ਜੀ ਸੋਹਲ ਜਿਨ੍ਹਾਂ ਦੇ ਢਾਡੀ ਜਥੇ ਨੇ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਜਦੋਂ ਉਹ ਬੋਲ ਰਹੇ ਸੀ ਤਾਂ ਉਹਨਾਂ ਨੇ ਪੂਰਾ ਨਕਸ਼ਾ ਦਰਬਾਰ ਸਾਹਿਬ ਦੀ ਲੜਾਈ ਤਾਂ ਨਹੀਂ ਕਹਿ ਸਕਦੇ, ਸਿੱਖਾਂ ਦੀ ਜੈਨੋਸਾਈਡ, ਸਿੱਖਾਂ ਦਾ ਕਤਲ ਉਹ ਸਾਹਮਣੇ ਦਿਖਾ ਦਿੱਤਾ। ਅਸੀਂ ਸੋਹਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਸੋ ਹੁਣ ਬੇਨਤੀ ਕਰੂੰਗਾ ਸਾਡੇ ਭਾਈ ਸਾਹਿਬ ਦੁਰਲੱਭ ਸਿੰਘ ਜੀ ਕੁਝ ਮਿੰਟਾਂ ਲਈ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਭਾਈ ਦੁਰਲੱਭ ਸਿੰਘ ਜੀ, ਇਹਨਾਂ ਨੂੰ ਬੇਨਤੀ ਹੈ ਕਿ 10 ਮਿੰਟ ਲਾਇਓ ਬੁਲਾਰੇ, ਸਾਡੇ ਕੋਲ ਹੋਰ ਵੀ ਹੈਗੇ ਨੇ। ਸੋ ਆਪਾਂ ਜਿਹੜਾ ਹੈ ਬਾਕੀਆਂ ਨੂੰ ਵੀ ਟਾਈਮ ਦੇ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਚੌਦ ਸ਼ਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ ਜੀ ਗਰੀਬ ਨਿਵਾਜ ਜੁਗੋ ਜੁਗ ਅਟਲ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਸੁਭਾਏਮਾਨ ਇਕੱਤਰ ਹੋ ਰਹੀ ਸਤਿਗੁਰੂ ਸਾਹਿਬ ਜੀ ਦੀ ਸਾਜੀ ਔਰ ਨਿਵਾਜੀ, ਗੁਰੂ ਨੂੰ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਕਲਗੀ ਧਰਜੀ ਦੀ ਪਵਿੱਤਰ ਬਖਸ਼ਿਸ਼ ਗੁਰਫਤਿਹ ਪ੍ਰਵਾਨ ਕਰੋ। ਮੁਬਾਰਕ ਰਸਨਾ ਤੋਂ ਬਹੁਤ ਪ੍ਰੇਮ ਔਰ ਸਨਮਾਨ ਦੇ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਮਿਹਰਾਮਤ ਦਾ ਸਦਕਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਅੰਦਰ ਆਪ ਸਮੁੱਚੇ ਗੁਰੂ ਕੀ ਸੰਗਤ ਇਹਨਾਂ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰ ਰਹੇ ਹੋ। ਬਹੁਤ ਪ੍ਰੇਮ ਦੇ ਨਾਲ ਢਾਡੀ ਜਥੇ ਪਾਸੋਂ ਆਪ ਜੀ ਨੇ ਗੁਰ ਇਤਿਹਾਸ
ਔਰ ਮਹਾਂਪੁਰਖਾਂ ਸ਼ਹੀਦਾਂ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਸ਼੍ਰਵਣ ਕੀਤਾ ਹੈ। ਸਾਧ ਸੰਗਤ ਜੀ, 10 ਮਿੰਟ ਦਾ ਸਮਾਂ ਆਪ ਜੀ ਦੇ ਦਰਸ਼ਨ ਕਰਨ ਦਾ ਪ੍ਰਾਪਤ ਹੋਇਆ ਹੈ ਔਰ ਸਤਿਗੁਰੂ ਮਹਾਰਾਜ ਕਿਰਪਾ ਕਰਨ ਮੈਂ ਯਤਨ ਕਰਾਂ 10 ਮਿੰਟਾਂ ਦੇ ਅੰਦਰ ਜਿਸ ਮਹਾਂਪੁਰਖ ਨੂੰ, ਜਿਨ੍ਹਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਨ ਵਾਸਤੇ ਇਕੱਤਰ ਹੋਏ ਹਾਂ, ਉਹਨਾਂ ਮਹਾਂਪੁਰਖਾਂ ਦੇ ਜੀਵਨ ਬਾਬਤ, ਉਹਨਾਂ ਸ਼ਹੀਦਾਂ ਦੇ ਜੀਵਨ ਬਾਬਤ ਆਪ ਜੀ ਦੇ ਨਾਲ ਵਿਚਾਰ ਦੀ ਸਾਂਝ ਪਾ ਸਕਾਂ। ਸ੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਮਹਾਂਪੁਰਖ, ਦਮਦਮੀ ਟਕਸਾਲ ਦੇ 14ਵੇਂ ਮੁਖੀ, ਜਿਨ੍ਹਾਂ ਮਹਾਂਪੁਰਖਾਂ ਦੀ ਅਗਵਾਈ ਦੇ ਅੰਦਰ ਸ਼ਹੀਦ ਬਾਬਾ ਖਾਰਾ ਸਿੰਘ ਜੀ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਜਨਰਲ ਸੁਬੇਗ ਸਿੰਘ ਜੀ ਔਰ 80% ਦਮਦਮੀ ਟਕਸਾਲ ਜਥੇ ਦੇ ਸਿੰਘਾਂ ਨੇ ਉਸ ਸਮੇਂ ਸ਼ਹਾਦਤ ਦਾ ਜਾਮ ਪੀਤਾ ਹੈ। ਹੋਰ ਵੀ ਬੇਅੰਤ ਸੰਗਤਾਂ ਭੁਚੰਗੀਆਂ ਭੁਚੰਗਣਾ ਨੇ ਇਹਨਾਂ ਸ਼ਹਾਦਤਾਂ ਦਾ ਜਾਮ ਪੀ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੈ, ਇਹਨਾਂ ਬਚਨਾਂ ਨੂੰ ਜੀਵਨ ਦੇ ਅੰਦਰ ਕਮਾ ਕੇ ਆਪਣਾ ਸਿਰ ਭੇਟਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕੀਤਾ ਹੈ। ਇਹ ਦਮਦਮੀ ਟਕਸਾਲ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੈ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਇਹ ਜਥੇਬੰਦੀ ਹੈ। ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਮਹਾਂਪੁਰਖ ਬਾਬਾ ਦੀਪ ਸਿੰਘ ਸਾਹਿਬ ਜੀ, ਉਹਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਿਰ ਭੇਟ ਹੋਣਾ, ਦਮਦਮੀ ਟਕਸਾਲ ਦੇ ਦੂਸਰੇ ਮੁਖੀ ਮਹਾਨ ਮਹਾਂਪੁਰਖ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਵੀ ਆਪਣਾ ਸਿਰ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਸਮਰਪਿਤ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਉਹਨਾਂ ਦੀ ਯਾਦ ਅੰਦਰ ਬਹੁਤ ਸੋਹਣਾ ਗੁੰਗਾ ਤਿਆਰ ਬਣਿਆ ਹੋਇਆ ਹੈ। ਸਤਿਗੁਰੂ ਜੀ ਦੀ ਬਾਣੀ ਦਾ ਪ੍ਰਕਾਸ਼ ਹੈ ਔਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਮਹਾਂਪੁਰਖ, ਇਹਨਾਂ ਮਹਾਂਪੁਰਖਾਂ ਨੂੰ ਵੀ ਇਹ ਮਾਣ ਪ੍ਰਾਪਤ ਹੋਇਆ ਔਰ ਟਕਸਾਲ ਦੇ 3 ਮੁਖੀਆਂ ਦੇ ਅਸਥਾਨ, ਉਹਨਾਂ ਦੀ ਯਾਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੈ। ਜਿਸ ਮਹਾਂਪੁਰਖ ਨੂੰ ਆਪਾਂ ਯਾਦ ਕਰ ਰਹੇ ਹਾਂ, ਸੰਸਾਰ ਦੇ ਅੰਦਰ 2 ਪਹਿਲੂ ਹਨ। ਵਿਦਵਾਨ ਕਹਿੰਦੇ ਇੱਕ ਕੀੜੀ ਮਾਰਗ ਇੱਕ ਪੰਛੀ ਮਾਰਗ ਹੁੰਦਾ ਹੈ। ਪੰਛੀ ਮਾਰਗ, ਸ਼ਹੀਦੀ ਮਾਰਗ, ਪੰਛੀ ਮਾਰਗ ਜਿਵੇਂ ਪੰਛੀ ਨੇ ਕਿਸੇ ਰੁੱਖ ਦੇ ਸਿਖਰ ਤੇ ਜਾ ਕੇ ਬੈਠਣਾ ਹੋਵੇ, ਉਹ ਇੱਕੋ ਵਾਰ ਉਡਾਰ ਭਰਦਾ ਔਰ ਜਾ ਕੇ ਰੁੱਖ ਦੇ ਸਿਖਰ ਤੇ ਬੈਠ ਜਾਂਦਾ ਹੈ। ਕੀੜੀ ਮਾਰਗ ਕਹਿੰਦੇ ਹੈ ਜਿਵੇਂ ਕੀੜੀ ਹੌਲੀ ਹੌਲੀ ਆਪਣੀ ਚਾਲ ਚੱਲਦੀ ਹੈ, ਰੁੱਖ ਦੇ ਸਿਖਰ ਤੱਕ ਪਹੁੰਚਣ ਵਿੱਚ ਬੜਾ ਸਮਾਂ ਵੀ ਉਹਨੂੰ ਤੈਅ ਕਰਨਾ ਪੈਂਦਾ ਔਰ ਕਈ ਵਾਰੀ ਰੁਕਾਵਟਾਂ ਵੀ ਬਹੁਤ ਆਉਂਦੀਆਂ, ਡਿੱਗਦੀ ਵੀ ਹੈ। ਇਸੇ ਤਰ੍ਹਾਂ ਇੱਕ ਸੰਤ ਮਾਰਗ ਹੈ ਔਰ ਇੱਕ ਸ਼ਹੀਦ ਮਾਰਗ ਹੈ। ਸੰਤ ਕੀੜੀ ਦੇ ਮਾਰਗ ਵਰਗਾ ਹੈ,
ਸੰਤ ਮਹਾਂਪੁਰਖ ਜੇ ਸਮੇਂ ਬੰਦਗੀ ਕਰਦੇ ਆ, ਨਾਮ ਬਾਣੀ ਦਾ ਅਭਿਆਸ ਕਰਦੇ, ਜੀਵਨ ਨੂੰ ਘਾਲਦੇ, ਮਸ਼ਕਤਾਂ ਘਾਲਦੇ ਆ, ਲੰਮਾ ਸਮਾਂ ਲੱਗ ਜਾਂਦਾ। ਲੰਮੇ ਸਮੇਂ ਦੀ ਬੰਦਗੀ ਤੋਂ ਬਾਅਦ ਜਾ ਕੇ ਪਰਮੇਸ਼ਰ ਦੇ ਚਰਨਾਂ ਰੂਪੀ ਸਿਖਰ ਦੇ ਵਿੱਚ ਥਾਂ ਪ੍ਰਾਪਤ ਹੁੰਦੀ ਹੈ। ਪਰ ਸ਼ਹੀਦ ਜੇ ਸਮੇਂ ਕੌਮ ਦੇ ਲਈ, ਦੀਨ ਦੇ ਲਈ, ਧਰਮ ਦੀ ਖਾਤਰ ਮੈਦਾਨੇ ਜੰਗ ਦੇ ਅੰਦਰ ਜੂਝਦਾ ਹੋਇਆ, ਜੋ ਸੂਰਾ ਤਿਸੀ ਹੀ ਹੋਏ ਮਰਨਾ ਤੇ ਬਚਨਾ ਤੇ ਪਹਿਰਾ ਦਿੰਦਿਆਂ ਹੋਇਆ, ਲੜਨ ਤੱਤੇ ਦੇ ਅੰਦਰ ਜੂਝ ਕੇ ਜੇ ਸਮੇਂ ਸ਼ਹਾਦਤ ਦਾ ਜਾਮ ਪੀਂਦਾ ਹੈ ਤਾਂ ਉਹ ਅਮਰ ਹੋ ਜਾਂਦਾ, ਉਸਨੂੰ ਸਤਿਗੁਰਾਂ ਦੇ ਉਸ ਚਰਨਾਂ ਰੂਪੀ ਸਿਖਰ ਵਿੱਚ ਸਿੱਧੀ ਥਾਂ ਪ੍ਰਾਪਤ ਹੁੰਦੀ ਹੈ। ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਇਹਨਾਂ ਦੋਵਾਂ ਹੀ ਅਹੁਦਿਆਂ ਮਾਣੀਆਂ ਹਨ, ਸੰਤ ਵੀ ਔਰ ਸ਼ਹੀਦ ਵੀ, ਸਿਪਾਹੀ ਵੀ। ਜੇ ਕੋਈ ਉਹਨਾਂ ਦੀ ਸੰਤਗਿਰੀ ਦੀ ਗੱਲ ਕਰੇ, ਉਹਨਾਂ ਮਹਾਂਪੁਰਖਾਂ ਦੀ ਸੰਤ ਅਵਸਥਾ ਨੂੰ ਵੇਖਣਾ ਹੋਵੇ, 16-16 ਘੰਟੇ ਲਗਾਤਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਜਾ ਕੇ ਜਦੋਂ ਜਥੇਬੰਦੀ ਵਿੱਚ ਅਜੇ ਨਹੀਂ ਸਨ ਆਏ, ਮੈਂ ਪਹਿਲੇ ਦਿਨ ਦੇ ਦੀਵਾਨ ਵਿੱਚ ਇਹ ਬੇਨਤੀ ਕੀਤੀ ਸੀ, 16-16 ਘੰਟੇ ਲਗਾਤਾਰ ਚੌਂਕੜਾ ਲਾ ਕੇ ਜੇਠ ਹਾੜ ਦੀ ਧੁੱਪ ਦੇ ਅੰਦਰ ਉਹ ਮਹਾਂਪੁਰਖ ਮੂਲ ਮੰਤਰ ਦਾ, ਗੁਰਬਾਣੀ ਦਾ ਅਭਿਆਸ ਕਰਦੇ ਰਹੇ। ਫਿਰ ਵੱਡੇ ਮਹਾਂਪੁਰਖਾਂ ਦੀ ਰਸਨਾ ਤੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵਿਦਿਆ ਮਾਰਤੰਡ ਮਹਾਂਪੁਰਖ, ਉਹਨਾਂ ਤੋਂ ਜੇ ਕਥਾ ਸੁਣੀ, ਭਾਈ ਗੜੀਆ ਜੀ ਦੇ ਜੀਵਨ ਦਾ ਪ੍ਰਸੰਗ ਸੁਣਿਆ ਵੀ ਉਹ 21 ਪਾਠ ਰੋਜ਼ ਕਰਦੇ ਸਨ, ਆਪਣੇ ਪਿਤਾ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਨੂੰ ਕਹਿਣ ਲੱਗੇ, ਪਿਤਾ ਜੀ ਅੱਜ ਤੋਂ ਮੇਰੇ ਮਨ ਵਿੱਚ ਵੀ ਇਹ ਚਾਅ ਹੈ ਵੀ 21 ਪਾਠ ਮੈਂ ਵੀ ਕਰਿਆ ਕਰਾਂ। ਮਹਾਂਪੁਰਖਾਂ ਦੇ ਪਿਤਾ ਜੀ ਕਹਿਣ ਲੱਗੇ, ਅਰਦਾਸ ਨਾ ਕਰੀ ਭੁਜੰਗੀਆ ਜੀ, ਤੇਰੀ ਉਮਰ ਛੋਟੀ ਹੈ, ਜੇ ਅਰਦਾਸ ਕਰਕੇ ਪੂਰੀ ਨਾ ਕਰ ਸਕਿਆ ਫਿਰ ਝੂਠਾ ਪਵੇਗਾ, ਯਤਨ ਜ਼ਰੂਰ ਕਰ। ਉਸ ਦਿਨ ਤੋਂ 21 ਪਾਠ ਨੇਮ ਦੇ ਨਾਲ ਰੋਜ਼ਾਨਾ ਮਹਾਂਪੁਰਖ ਜਪਜੀ ਸਾਹਿਬ ਦੇ ਕਰਦੇ ਸਨ। 21 ਤੋਂ 51 ਤੇ ਆ ਗਏ, 51 ਤੋਂ 101 ਪਾਠ ਰੋਜ਼ਾਨਾ ਨਿਤਨੇਮ ਤੋਂ ਲੈਂਦਾ, 5 ਗ੍ਰੰਥੀ 10 ਗ੍ਰੰਥੀ ਦਾ ਨਿਤਨੇਮ, ਸਹਿਜ ਪਾਠ ਦਾ ਪਾਠ ਭੋਗ ਪਾਉਣਾ, ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਐਡਾ ਵੱਡਾ ਅਭਿਆਸ ਉਹ ਮਹਾਂਪੁਰਖ ਕਰਦੇ ਤੇ ਵੱਡੇ ਸੰਤ ਸਨ। ਉਹਨਾਂ ਨੇ ਅੰਦਰੂਨੀ ਤੌਰ ਤੇ ਵਿਕਾਰਾਂ ਤੇ ਜਿੱਤ ਪ੍ਰਾਪਤ ਕੀਤੀ, ਜਿਨ੍ਹਾਂ ਦੇ ਨਾਲ ਅੱਜ ਅਸੀਂ ਸਾਰੇ ਲੜਦੇ ਹਾਂ, ਜਿਨ੍ਹਾਂ ਵਿਕਾਰਾਂ ਕਰਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰਕੇ ਵੱਡੇ ਵੱਡੇ ਠੱਗੇ ਜਾਂਦੇ ਹੈ, ਉਹਨਾਂ ਮਹਾਂਪੁਰਖਾਂ ਨੇ ਇਹਨਾਂ ਨੂੰ ਪਲਟ ਕੇ ਵਾਰ ਕਰਕੇ ਸੁੱਖ ਜਿੱਤ ਕੇ ਆਪਣੇ ਜੀਵਨ ਦੇ ਅੰਦਰ ਗੁਰਸਿੱਖੀ ਦਾ ਆਨੰਦ ਮਾਣਿਆ। ਕਲਗੀਧਰ ਜੀ ਦੇ ਉਹ ਲਾਡਲੇ ਪੁੱਤਰ ਸਨ। ਇੱਕ ਵਾਰੀ ਮਹਾਂਪੁਰਖ ਕਥਾ ਕਰ ਰਹੇ ਸਨ, ਕਥਾ ਕਰਕੇ ਸਪੀਚ ਦੇ ਰਹੇ ਸਨ, ਹਾਲਾਤਾਂ ਦੇ ਸਮੇਂ ਦੇ ਅਨੁਸਾਰ ਜਦੋਂ ਬੋਲ ਰਹੇ ਸਨ, ਜਦੋਂ ਅੱਜ ਅਸੀਂ ਵੀ ਬੋਲੀਏ ਨਾ, ਕੋਈ ਵੀ ਬੁਲਾਰਾ ਸਾਡੇ ਵਿੱਚੋਂ ਬੋਲੇ, ਜੇ ਉਹਨੇ 2-4 ਗੱਲਾਂ ਪੰਥ ਦੇ ਹਿੱਤ ਦੀਆਂ ਕੀਤੀਆਂ ਤੇ ਸਾਡੇ ਵਿੱਚ ਹੀ ਬੈਠੇ ਹੁੰਦੇ ਆ ਜਿਹੜੇ ਕਹਿਣ ਲੱਗ ਪੈਂਦੇ ਹਨ, ਇਹ ਤਾਂ ਬਹੁਤੇ ਤੱਤੀਆਂ ਗੱਲਾਂ ਕਰਨ ਵਾਲਾ ਹੈ, ਇਹਨੇ ਸਵਾਰਨਾ ਕੀ ਹੈ। ਕਿਸੇ ਨੇ ਸ਼ੰਕਾ ਕਰਤਾ, ਕਹਿਣ ਲੱਗਿਆ ਇਹ ਵੀ ਅਖਬਾਰਾਂ ਵਿੱਚ ਬਿਆਨਬਾਜ਼ੀ ਕਰਨ ਵਾਲਾ ਹੀ ਸੰਤ ਲੱਗਦਾ, ਕਹਿੰਦੇ ਸੰਤ ਬੜਾ ਵੱਡਾ ਹੈ ਪਰ ਤੱਤੀਆਂ ਗੱਲਾਂ ਕਰਦਾ ਹੈ। ਮੈਂ ਸਿੰਘਾਂ ਦੇ ਕੋਲੋਂ ਇਹ ਸੁਣਿਆ, ਕਹਿੰਦੇ ਮਹਾਂਪੁਰਖ ਜਦੋਂ ਸਟੇਜ ਤੋਂ ਥੱਲੇ ਆਏ, ਇੰਨੀ ਅੰਤਰ ਜਾਣਤਾ ਸੀ ਉਹਨਾਂ ਦੇ ਅੰਦਰ,
ਜਦੋਂ ਹੇਠਾਂ ਉਤਰੇ ਉਹ ਸ਼ੰਕਾ ਕਰਨ ਵਾਲੇ ਨੂੰ ਆਵਾਜ਼ ਮਾਰੀ, ਉਹਨੂੰ ਬੁਲਾ ਕੇ ਆਪਣੀ ਛਾਤੀ ਦੇ ਨਾਲ ਉਹਦਾ ਸਿਰ ਲਾਇਆ। ਜਿਸ ਸਮੇਂ ਛਾਤੀ ਨਾਲ ਸਿਰ ਲਾਇਆ, ਕੰਨ ਲੱਗਿਆ ਤੇ ਅੰਦਰ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਉਹਨੂੰ ਸ਼੍ਰਵਣ ਹੋਈ। ਏਡੇ ਵੱਡੇ ਉਹ ਮਹਾਂਪੁਰਖ ਸੰਤ ਸਨ, ਏਡੀ ਵੱਡੀ ਅੰਤਰਜਾਮਤਾ ਦੇ ਮਾਲਕ। ਫਿਰ ਸਿਪਾਹੀ ਵੀ ਤੁਸੀਂ ਜਾਣਦੇ ਆ ਕਿੰਨੇ ਵੱਡੇ ਸਨ। ਜਿਸ ਸਮੇਂ ਮਹਾਂਪੁਰਖਾਂ ਦੀ ਸ਼ਹਾਦਤ ਹੋਈ, ਉਹਨਾਂ ਮਹਾਂਪੁਰਖਾਂ ਨੇ ਜੋ ਮੈਂ ਸੁਣਿਆ ਇਤਿਹਾਸ ਵਿੱਚੋਂ ਦਾ ਮਹਾਂਪੁਰਖਾਂ ਦੀ ਰਸਨਾ ਤੋਂ, ਕਹਿੰਦੇ ਸਵੇਰੇ 8 ਵਜੇ ਦੇ ਕਰੀਬ ਅਰਦਾਸ ਸੋਧ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿੱਥੇ ਮੀਰੀ ਔਰ ਪੀਰੀ ਦੇ ਦੋ ਨਿਸ਼ਾਨ ਸਾਹਿਬ ਹਨ, ਇਸ ਸਥਾਨ ਤੇ ਮਹਾਂਪੁਰਖਾਂ ਨੇ ਜੂਝਦਿਆਂ ਹੋਇਆਂ ਜਿਸ ਸਮੇਂ ਸ਼ਹੀਦੀ ਦਾ ਜਾਮ ਪੀਤਾ ਹੈ। ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਉਹ ਲੱਗਦਾ ਜਿਵੇਂ ਮੀਰੀ ਪੀਰੀ ਦੇ ਦੋਨਾਂ ਨਿਸ਼ਾਨ ਸਾਹਿਬਾਂ ਨੇ ਉਸ ਮਹਾਂਪੁਰਖ ਦੇ ਸੀਸ ਉੱਪਰ ਛਾਂ ਕੀਤੀ ਹੋਵੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੀ ਗੋਦ ਵਿੱਚ ਉਸ ਮਹਾਂਪੁਰਖ ਦਾ ਸੀਸ ਰੱਖ ਕੇ ਬੜੇ ਪਿਆਰ ਦੇ ਨਾਲ ਹੱਥ ਨਾਲ ਦੁਲਾਰ ਦੇ ਰਹੇ ਹੋਣ। ਇਸ ਤਰੀਕੇ ਦੇ ਨਾਲ ਸਮੁੱਚੀ ਕਾਇਨਾਤ ਉਸ ਮਹਾਂਪੁਰਖ ਨੂੰ ਹੱਥ ਜੋੜ ਕੇ ਖੜੀ ਇਹ ਬੇਨਤੀਆਂ ਕਰ ਰਹੀ ਹੋਵੇ, ਮਹਾਂਪੁਰਖਾ ਇਸ ਕਾਇਨਾਤ ਤੋਂ ਇਸ ਸੰਸਾਰ ਤੇ ਤੇਰੀ ਬੜੀ ਜ਼ਰੂਰਤ ਹੈ, ਇਸ ਸੰਸਾਰ ਨੂੰ ਛੱਡ ਕੇ ਨਾ ਜਾ। ਇਹ ਸਾਰੇ ਕੌਤਕ ਹੁੰਦਿਆਂ ਉਹ ਮਹਾਂਪੁਰਖ ਸੱਚਖੰਡ ਜਾ ਬਰਾਜੇ, ਅਮਰ ਸ਼ਹੀਦੀ ਦੀ ਅਵਧੀ ਨੂੰ ਮਾਣਿਆ। ਸਾਧ ਸੰਗਤ ਜੀ ਉਹਨਾਂ ਦੇ ਨਾਲ ਜਨਰਲ ਸੁਬੇਗ ਸਿੰਘ ਜੀ ਦਾ ਜ਼ਿਕਰ ਆਪ ਜੀ ਨੇ ਸੁਣਿਆ ਹੈ, ਮੈਂ ਬਹੁਤੇ ਵਿਸਤਾਰ ਵਿੱਚ ਨਹੀਂ ਜਾਣਾ। ਜਨਰਲ ਸੁਬੇਗ ਸਿੰਘ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਅਠਾਰਾ ਸਿੰਘ ਜੀ, ਇਹ ਮਹਾਂਪੁਰਖਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਸਨ। ਔਰ ਇਹ ਉਹ ਸੂਰਬੀਰ ਸਨ ਜਿਨ੍ਹਾਂ ਨੂੰ ਚਾਅ ਸੀ ਸ਼ਹੀਦੀਆਂ ਦੇਣ ਦਾ। ਸ੍ਰੀਮਾਨ ਦਮਦਮੀ ਟਕਸਾਲ ਦੇ 13ਵੇਂ ਮੁਖੀ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਮਹਾਂਪੁਰਖਾਂ ਵਰਗਾ ਕੌਣ ਹੋ ਸਕਦਾ ਜਿਨ੍ਹਾਂ ਆਪ ਸਤਿਗੁਰਾਂ ਅੱਗੇ ਅਰਦਾਸ ਕੀਤੀ, ਮਹਾਰਾਜ ਤੁਸੀਂ ਆਪਣੇ ਚਾਰੇ ਲਾਲ ਪੰਥ ਤੋਂ ਵਾਰੇ ਇਸ ਬੰਸਦਾਨੀ ਪਿਤਾ ਸਤਿਗੁਰੂ ਜੀ ਕੌਮ ਦੇ ਪੰਥ ਦੇ ਲੇਖੇ ਲਾ ਕੇ ਸਾਨੂੰ ਸਰਦਾਰੀਆਂ ਬਖਸ਼ੀਆਂ, ਕਿਰਪਾ ਕਰਿਓ ਮਹਾਰਾਜ, ਮੇਰਾ ਇੱਕ ਪੁੱਤਰ ਆਪ ਜੀ ਦੇ ਚਰਨਾਂ ਵਿੱਚ ਜ਼ਰੂਰ ਸ਼ਹੀਦੀ ਦਾ ਰੰਗ ਮਾਣੇ, ਇੱਕ ਨੂੰ ਸ਼ਹੀਦੀ ਦਾ ਜ਼ਰੂਰ ਸਤਿਗੁਰੂ ਮਹਾਰਾਜ ਇਹ ਸ਼ਹੀਦੀ ਦੀ ਅਵਧੀ ਦਿਓ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਤੇ ਮਹਾਂਪੁਰਖਾਂ ਦੀ ਅਰਦਾਸ ਨੂੰ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਸਫਲੀ ਕੀਤਾ। ਔਰ ਚਾਹ ਦੇ ਨਾਲ ਸ਼ਹਾਦਤ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਵਿੱਚ ਸ਼ਹੀਦੀ ਦੀ ਅਵਧੀ ਮਾਣਦਿਆਂ ਹੋਇਆ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਸਦਾ ਲਈ ਅਭੇਦ ਹੋਏ। ਐਸੇ ਸੂਰਬੀਰ ਮਹਾਂਪੁਰਖਾਂ ਦੀਆਂ ਪਵਿੱਤਰ ਯਾਦਾਂ ਨੂੰ ਆਪਾਂ ਮਨਾ ਰਹੇ ਹਾਂ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ, ਸਮਾਂ ਮੇਰਾ ਹੋ ਚੁੱਕਿਆ। ਜਿਨ੍ਹਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਉਹਨਾਂ ਦੀ ਵੱਡੀ ਬੰਦਗੀ ਹੈ, ਕੱਲੀ ਉਹਨਾਂ ਨੇ ਗੱਲਾਂ ਨਾਲ ਜਿਹੜੀ ਹੈ ਸ਼ਹੀਦੀਆਂ ਨਹੀਂ ਪ੍ਰਾਪਤ ਕੀਤੀਆਂ। ਇੱਕ ਵਾਰੀ ਕੋਈ ਸਿੰਘ ਵਿਦੇਸ਼ ਦੀ ਧਰਤੀ ਤੇ ਸਾਡੇ ਪੁਰਾਣੇ ਸਿੰਘਾਂ ਨੂੰ ਮਿਲਿਆ, ਉਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਥੇ ਵਿੱਚ ਇਸ ਸਮੇਂ ਰਿਹਾ ਸੀ ਜਦੋਂ ਇਹ ਸਾਕਾ ਇਹ ਘੱਲੂਘਾਰਾ ਹੋਇਆ ਹੈ। ਜਦੋਂ ਉਹਨੇ ਪੁੱਛਿਆ ਨਾ, ਸਿੰਘ ਨੇ ਕਹਿਣ ਲੱਗਿਆ, ਸਿੰਘ ਸਾਹਿਬ ਤੁਸੀਂ ਕਿਉਂ ਨੀ ਸ਼ਹੀਦੀ ਦਿੱਤੀ, ਤੁਸੀਂ ਸ਼ਹੀਦ ਕਿਉਂ ਨਹੀਂ ਹੋਏ? ਉਹ ਕੁੱਬਾ ਮਾਰ ਕੇ ਰੋਣ ਲੱਗ ਪਿਆ। ਉਹਨੂੰ ਰੋਣ ਦਾ ਕਾਰਨ ਪੁੱਛਿਆ,
ਤੁਸੀਂ ਰੋਂਦੇ ਕਿਉਂ ਹੋ? ਕਹਿਣ ਲੱਗਿਆ, ਸੰਤ ਬਾਬਾ ਜਰਨੈਲ ਸਿੰਘ ਜੀ ਇਹ ਵਚਨ ਕਰਿਆ ਕਰਦੇ ਸਨ, ਸਿੰਘੋ ਬੰਦਗੀ ਕਰਿਆ ਕਰੋ, ਇਬਾਦਤ ਕਰਿਆ ਕਰੋ, ਕਿਉਂਕਿ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਪ੍ਰਾਪਤ ਹੁੰਦੀ। ਸੰਤ ਬਾਬਾ ਜਰਨੈਲ ਸਿੰਘ ਜੀ ਆਪ ਇੰਨੀ ਬੰਦਗੀ ਕਰਦੇ ਸਨ, ਸਿੰਘਾਂ ਨੂੰ ਵੀ ਬੰਦਗੀ ਕਰਾਉਂਦੇ ਸਨ। ਇਸ ਲਈ ਉਹਨਾਂ ਇਬਾਦਤ ਵਾਲਿਆਂ ਨੂੰ, ਉਹਨਾਂ ਸ਼ਹਾਦਤ ਵਾਲਿਆਂ ਨੂੰ ਆਪਾਂ ਯਾਦ ਕਰ ਰਹੇ ਹਾਂ। ਮੇਰੀ ਬੇਨਤੀ ਹੈ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹਲ ਛਕੀ ਹੋਈ, ਬੜੇ ਵਡਭਾਗੇ ਹੋ, ਜਿਹੜੇ ਅਜੇ ਅੰਮ੍ਰਿਤ ਤੋਂ ਵਾਂਝੇ ਹੈ, ਸ਼ਹੀਦਾਂ ਦੀ ਯਾਦ ਵਿੱਚ ਬੈਠੇ ਹੋਏ, ਅਰਦਾਸ ਕਰਿਓ, ਮਹਾਰਾਜ ਅਸੀਂ ਕਲਗੀਧਰ ਜੀ ਤੁਹਾਡੇ ਧੀ ਪੁੱਤਰ ਬਣ ਸਕੀਏ, ਖੰਡੇ ਬਾਟੇ ਦੀ ਪਾਹਲ ਛਕੋ, ਗੁਰੂ ਵਾਲੇ ਬਣੋ, ਨਿਤਨੇਮੀ ਬਣੋ, ਬਾਣੀ ਔਰ ਬਾਣੇ ਦੇ ਧਾਰਨੀ ਹੋਵੋ। ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਸਤਿਗੁਰੂ ਦੀ ਕਿਰਪਾ ਕਰਨ ਬੋਲਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਉਹਨਾਂ ਦਾ ਜੀਵਨ ਬੜਾ ਵੱਡਾ, ਸਾਡੇ ਵੱਸ ਦੀ ਗੱਲ ਨਹੀਂ ਅਸੀਂ ਉਹਨਾਂ ਦੇ ਜੀਵਨ ਨੂੰ ਬਿਆਨ ਕਰ ਸਕੀਏ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਅਗਲਾ ਸਮਾਗਮ ਆਪ ਜੀ ਸ਼੍ਰਵਣ ਕਰੋ, ਗੁਰਫਤਿਹ ਵਿੱਚ ਸਾਂਝ ਪਾਓ, ਧੰਨਵਾਦੀ ਬਣਾਓ, ਪ੍ਰੇਮ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦੁਰਲਭ ਸਿੰਘ ਜੀ, ਜਿਹਨਾਂ ਨੇ ਆਪਣੇ ਟਾਈਮ ਦੇ ਵਿੱਚ ਰਹਿੰਦੇ ਹੋਇਆ ਆਪ ਜੀ ਨਾਲ ਵਿਚਾਰ ਸਾਂਝੇ ਕੀਤੇ, ਬਹੁਤ ਧੰਨਵਾਦੀ ਹੈ ਇਹਨਾਂ ਦੇ। ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਰਾਜ ਸਿੰਘ ਜੀ ਵਿਦੇਸ਼ਾ, ਜੋ ਕਿ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪਹਿਲੇ ਸਿੱਖ ਜੱਜ ਬਣੇ ਆ, ਔਰ ਇੱਥੇ ਵਾਲਿਆਂ ਦਾ ਧੰਨਵਾਦ ਹੀ ਕਰਦੇ ਉਹਨਾਂ ਦਾ, ਔਰ ਉਹਨਾਂ ਨੂੰ ਬੇਨਤੀ ਕਰਦੇ ਆ ਕਿ 2 ਮਿੰਟ ਲਈ ਸਟੇਜ ਤੇ ਆਉਣ ਸਰਦਾਰ ਰਾਜ ਸਿੰਘ ਜੀ ਵਿਦੇਸ਼ਾ, ਔਰ ਆਪਣੇ ਕੁਝ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਇੰਨਾ ਵੱਡਾ ਮਾਣ ਤੁਸੀਂ ਬਖਸ਼ਿਆ। ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਆ ਕਿ ਉਹਨਾਂ ਨੇ ਇਹ ਅਹੁਦਾ ਦਵਾਇਆ। ਜਿਹੜੀ ਸੰਗਤ ਨੂੰ ਨਹੀਂ ਪਤਾ, ਮਤਲਬ ਜਿਹੜਾ ਇਹ ਗੁਰੂ ਸਾਹਿਬ ਦਾ ਸਰੂਪ ਆ, ਇਸ ਕਾਰਨ ਕਰਕੇ ਮੇਰੀ ਜਿਹੜੀ ਅਪੁਆਇੰਟਮੈਂਟ ਆ ਇਹ ਮਤਲਬ ਬਹੁਤ ਦੂਰ ਤੱਕ ਪਹੁੰਚੀ ਆ। ਸੋ ਮੈਂ ਮਤਲਬ ਜਿਹੜੀ ਅੱਜ ਆਪਾਂ ਸ਼ਹਾਦਤ ਦੀਆਂ ਗੱਲਾਂ ਕਰ ਰਹੇ ਹਾਂ, ਤੇ ਭਾਈ ਸਭ ਨੇ ਮੈਨੂੰ ਦੱਸਿਆ ਵੀ ਗਦਰੀ ਬਾਬੇ ਦੇ ਪਰਿਵਾਰਾਂ ਦੇ ਵਿੱਚੋਂ ਵੀ ਕਿਸੇ ਨੂੰ ਸਨਮਾਨਤ ਅੱਜ ਕੀਤਾ ਜਾਣਾ ਵਾ। ਮਤਲਬ ਜਿਹੜਾ ਇਹ ਗੁਰੂ ਮਹਾਰਾਜ ਨੇ ਸਰੂਪ ਬਖਸ਼ਿਆ, ਜਿਹੜੀ ਇਹ ਸਿੱਖੀ ਬਖਸ਼ੀ ਆ, ਜਿਹੜੀਆਂ ਇਹਦੇ ਲਈ ਕੁਰਬਾਨੀਆਂ ਦਿੱਤੀਆਂ ਗਈਆਂ ਨੇ, ਇਹ ਸਿਰਫ ਜਿਹੜੀ ਸਿੱਖ ਕੌਮ ਆ ਉਹੀ ਜਾਣਦੀ ਆ। ਸੋ ਜਦੋਂ ਸਿੱਖ ਕੌਮ ਦੇ ਵਿੱਚੋਂ ਕਿਸੇ ਨੂੰ ਕੋਈ ਵੀ ਅਹੁਦਾ ਮਿਲਦਾ ਵਾ, ਤਾਂ ਸਾਰੀ ਸਿੱਖ ਕੌਮ ਖੜੀ ਹੁੰਦੀ ਆ, ਤੇ ਉਸ ਦੇ ਲਈ ਇੱਕੋ ਇੱਕ ਬੰਦਾ, ਜਾਂ ਮੈਂ ਜੇ ਮੈਂ ਕਹਾਂ ਵੀ ਮੈਂ ਕੁਛ ਕੀਤਾ ਵਾ, ਮੇਰੇ ਮਨ ਚ ਇਹੋ ਜਿਹੀ ਕੋਈ ਗੱਲ ਨੀਗੀ। ਮੈਂ ਸਿਰਫ ਇਹ ਕਹੂੰਗਾ ਜਿਹੜੇ ਬੱਚੇ ਮਤਲਬ ਆਪਣੀ ਸੰਗਤ ਦੇ ਵਿੱਚ ਨੇ, ਜਿਹੜੇ ਦੂਰ ਮਤਲਬ ਬੈਠੇ ਸੁਣ ਵੀ ਰਹੇ ਹੋਣਗੇ, ਕਿ ਜੇ ਤੁਸੀਂ ਵੀ ਕੋਈ ਅਹੁਦਾ ਪ੍ਰਾਪਤ ਕਰਨਾ ਵਾ ਜਿਹੜਾ ਤੁਹਾਡਾ ਸਿੱਖੀ ਸਰੂਪ ਆ, ਇਹਦੇ ਨਾਲ ਤੁਹਾਡਾ ਫਾਇਦਾ ਹੀ ਹੋ ਸਕਦਾ। ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਤੁਹਾਡੇ ਨਾਲ ਨੇ, ਆਪਾਂ ਨੂੰ ਮਤਲਬ ਕਦੇ ਵੀ ਝਿਜਕਣ ਦੀ ਲੋੜ ਨਹੀਂ ਹੈਗੀ, ਤੇ ਮਤਲਬ ਬਹੁਤ ਬਹੁਤ ਬਖਸ਼ਿਸ਼ ਕੀਤੀ ਹੈ, ਬਹੁਤ ਬਹੁਤ ਕਿਰਪਾ ਹੋਈ ਆ, ਮਤਲਬ ਇੰਨੀਆਂ ਰੂਹਾਂ ਆਪਣੇ ਨਾਲ ਨੇ, ਤੇ ਮੈਂ ਬਸ ਸੰਗਤ ਦਾ ਬਹੁਤ ਰਿਣੀ ਆ ਵੀ ਇੰਨਾ ਸਭ ਤੁਸੀਂ ਸਨਮਾਨ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜ ਸਿੰਘ ਜੀ ਵਿਦੇਸ਼ਾ ਜੋ